ਅੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆਇਆ ਸੀ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆ ਮੈਂ ਹਰਮਨ ਥੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਚਾਹਦਾ ਵਿਚਾਰ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਸੋ ਟਾਣਾ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਜਿੰਦਾਬਾਦ ਆ ਮਹਾਰਾਜ ਦੀ ਕਿਰਪਾ ਜ਼ਿੰਦਗੀ ਕਿਵੇਂ ਚੱਲ ਰਹੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਵਧੀਆ ਟਾਣਾ ਸਾਹਿਬ ਠੰਡ ਕਿੰਨੀ ਕਾ ਤੁਹਾਡੇ ਵਾਲੇ ਬੰਦੇ ਠੰਡ ਹੈਗੀ ਤਾਂ ਹੈ ਸਾਡੇ ਵਾਲੇ ਬੰਨੇ ਕਿੱਥੇ ਮਤਲਬ ਫਿਰ ਵੀ ਜਲੰਧਰ ਚ ਰਹਿੰਦੇ ਹੋ ਮੈਂ ਵੀ ਜਲੰਧਰ ਚ ਰਹ ਰਿਆ ਤੇ ਠੰਡ ਕੁਝ ਨਹੀਂ ਆ ਨਹੀਂ ਵਾਕਈ ਠੰਡ ਬਹੁਤ ਆ ਟਾਣਾ ਸਾਹਿਬ ਐ ਕਹੋ ਨਾ ਵੀ ਠੰਡ ਵੇਖੋ ਆਪਣੇ ਵਾਲੇ ਪਾਸੇ ਬਹੁਤ ਜ਼ਿਆਦਾ ਤੁਹਾਡੇ ਵਾਲੇ ਪਾਸੇ ਕਿੰਨੀ ਆ ਉਹ ਮੈਂ ਕਿਹਾ ਸ਼ਾਇਦ ਤੁਸੀਂ ਮਤਲਬ ਰਹਿੰਦੇ ਹੋ ਇੱਕ ਅਲੱਗ ਜੇ ਖੇਤਰ ਦੇ ਵਿੱਚ ਕਹਿ ਲਓ ਜਿੱਥੇ ਨਵੀਆਂ-ਨਵੀਆਂ ਕਲੋਨੀਆਂ ਸ਼ੁਰੂ ਹੋ ਜਾਂਦੇ ਆ ਤੇ ਖੜਾ ਜਾਂਦੀ ਆ ਜਿੱਥੇ ਨਵੀਆਂ-ਨਵੀਆਂ ਕਲੋਨੀਆਂ ਨਵੇਂ-ਨਵੇਂ ਘਰ ਨਵੇਂ-ਨਵੇਂ ਲੋਕ ਹਨਾ ਤੇ ਮੈਂ ਕਿਹਾ ਸ਼ਾਇਦ ਉਧਰ ਮਾਹੌਲ ਚੱਲ ਜ਼ਿਆਦਾ ਠੰਡਾ ਸਾਡੇ ਤਾਂ ਭੱਲੇ ਚ ਸਾਰੇ ਜਿਹੜੇ ਪਿੱਠਾਂ ਤੇ ਹੀਟਰ ਬੰਨੀ ਫਿਰਦੇ ਆ ਮੈਨੂੰ ਪਤਾ ਨਹੀਂ ਹੋ ਰਾ ਮੈਨੂੰ ਪਤਾ ਨਹੀਂ ਪਰ ਦੱਸੋ ਠੰਡ ਕਿੰਨੀ ਕ ਹੈ ਠੰਡ ਬਈ ਬੜੀ ਆ ਪੂਰੇ ਪੰਜਾਬ ਦੇ ਵਿੱਚ ਬੜੀ ਆ ਜੀ ਇੱਕਦਮ ਠੰਡ ਆ ਜਿਹੜੀ ਪੈਣੀ ਸ਼ੁਰੂ ਹੋਈ ਉਹਨੇ ਨਾ ਇੱਕਦਮ ਝੰਜੋੜ ਜੇ ਦਿੱਤਾ ਕਾਂ ਬਾਜਾ ਛਿੜਦਾ ਹੋਣਾ ਜੀ ਜਲੰਧਰ ਆ ਜਣਾ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਠੰਡਾ ਰਿਆ ਐਤਵਾਰ ਨੂੰ ਤੇ ਕਹਿੰਦੇ ਵੀ ਜਿਹੜੀ ਠੰਡ ਜਨਵਰੀ ਮਹੀਨੇ ਦੇ ਵਿੱਚ ਆਉਣ ਦੀ ਆਸ ਸੀ ਪੰਜਾਬ 'ਚ ਤਾਂ ਆ ਗਈ ਹੂੰ ਇਸ ਕਰਕੇ ਭਾਈ ਲੋਈ ਦੀ ਮਾਰ ਲਓ ਬੁੱਕਲ ਹੂੰ ਮੜਾਸਾ ਮਾਰ ਲਓ ਹੂੰ ਕੀ ਅਸੀ ਤੁਹਾਡੇ ਕੋਲੇ ਹੋਵੇ ਰਾਤ ਨੂੰ ਰਜਾਈ ਲੈਣੀ ਨਾ ਭੁੱਲੋ ਕਦੇ ਐਵੇਂ ਕਰੋ ਵੀ ਅੱਜ ਤਾਂ ਮੈਂ ਮੱਛੀ ਖਾਧੀ ਕੀ ਫਰਕ ਪੈਂਦਾ ਅੱਧੀ ਰਾਤ ਨੂੰ ਕੰਮਾ ਛਿੜਦਾ ਬਿਲਕੁਲ ਮੁੜ ਕੇ ਮੱਛੀ-ਮੁੱਛੀ ਕੋਈ ਨਹੀਂ ਕੰਮ ਆਉਣੀ ਫਿਰ ਡਾਕਟਰਾਂ ਦੀਆਂ ਦਵਾਈਆਂ ਹੀ ਲੈਣੀਆਂ ਪੈਣਗੀਆਂ ਸੋ ਖੈਰ ਆਪਣਾ ਖਿਆਲ ਰੱਖੋ ਜੀ ਠੰਡ ਬਹੁਤ ਜ਼ਿਆਦਾ ਹੈ ਕਰੋਨਾ ਦੇ ਕਰਕੇ ਤਾਂ ਜ਼ਿਆਦਾ ਆਪਣਾ ਖਿਆਲ ਰੱਖੋ ਠੰਡ 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 ਤੁਸੀਂ ਕਹੀ ਜਾਂਦੇ ਮੈਨੂੰ ਇੱਕ ਗੱਲ ਚਿੱਤੇ ਆ ਗਈ ਆ ਕਹਿੰਦੇ ਵੀ ਇੱਕ ਵਾਰ ਇੱਕ ਬੂਬਣਾ ਜਾ ਆਪੇ ਬਣਿਆ ਸੁਆਮੀ ਜਿਹੜਾ ਜਿਹਦੀ ਘਰਵਾਲੀ ਉਹਦੇ ਨਾਲ ਗਿੱਟੇ-ਗੋਡੇ ਬੜੇ ਸੇਕ ਦੀ ਹੁੰਦੀ ਸੀ ਇਹਦੇ ਕਰਕੇ ਬਿਲਕੁਲ ਇਹਦੇ ਕਰਕੇ ਕਦੇ ਚਮਟੇ ਨਾਲ ਕਦੇ ਕੁੱਡਣ ਨਾਲ ਕਦੇ ਵੇਲਣੇ ਨਾਲ ਉਹਦੇ ਪਿੰਡੇ ਦੇ ਉੱਤੇ ਤਪਸ਼ ਜੀ ਬਣੀ ਰਹਿੰਦੀ ਸੀ ਸੇਕ ਜਿਹਾ ਲੱਗਾ ਰਹਿਣਾ ਸੀ ਕਹਿੰਦੇ ਵੀ ਇੱਕ ਵਾਰੀ ਉਹ ਪਹਾ ਕਰਤੂਤਾ ਮੜ ਗਈ ਸੀਗਾ ਹਮ ਇੱਕ ਬੰਦਾ ਆਇਆ ਕਹਿੰਦਾ ਸਵਾਮੀ ਜੀ ਇਹ ਦੱਸੋ ਵੀ ਤੁਸੀਂ ਇੱਥੇ ਸਿਖਰ ਦੇ ਉੱਤੇ ਬੈਠੇ ਆਂ ਹਮ ਚਾਰੇ ਪਾਸੇ ਬਰਫਾ ਹਮ ਤੇ ਇੰਨੀ ਪਿੰਡੇ ਨੂੰ ਚੀਰਦੀ ਹਵਾ ਨਿਕਲਦੀ ਆ ਤੁਹਾਨੂੰ ਕੁਝ ਨਹੀਂ ਹੁੰਦਾ ਹਮ ਕਹਿੰਦਾ ਬੱਚਾ ਬਸ 35 ਸਾਲ ਤੋਂ ਤਪੱਸਿਆ ਤੇ ਗ੍ਰੀਨ ਟੀ ਦੇ ਕਰਕੇ ਮੈਂ ਬਚਿਆ ਹੋਣਾ ਅੱਛਾ ਜੀ ਤੇ ਕਹਿੰਦਾ ਵੀ ਤੁਸੀਂ ਕੀ ਪੀਓਗੇ ਬੱਚਾ ਹਮ ਗ੍ਰੀਨ ਟੀ ਪੀਣੀ ਚਾਹੋਗੇ ਜਾਂ ਤਪੱਸਿਆ ਬਾਰੇ ਕੀ ਵਿਚਾਰ ਕਹਿੰਦਾ ਜੀ ਮੈਨੂੰ ਫਿਰ ਗ੍ਰੀਨ ਟੀ ਲੈ ਦਿਓ ਹਮ ਕਹਿੰਦਾ ਐ ਕਰੋ ਤਪੱਸਿਆ ਆੰਦਰੋਂ 2 ਕੱਪ ਗ੍ਰੀਨ ਟੀ ਦੇ ਲੈ ਕੇ ਆਓ। ਅੱਛਾ। ਹਾਂ ਉਹ ਤਪੱਸਿਆ ਹੋਰ ਸਮਝੀ ਬੈਠਾ। ਹਾਂ ਉਹ ਤਪੱਸਿਆ ਹੋਰ ਸਮਝੀ ਬੈਠਾ। ਅਸਲ ਦੇ ਵਿੱਚ ਉਹਦਾ ਪਿੰਡਾ ਸੇਕਿਆ ਪਿਆ ਮਾਰ-ਮਾਰ ਕੇ ਕੁੱਢਣੋ ਦੇ। ਉਹਨੂੰ ਠੜਕਾ ਦੀ ਲਗਣੀ ਆ। ਹਾਂ ਉਹਦੀ ਘਰ ਵਾਲੀ ਦਾ ਮਨ ਤਪੱਸਿਆ ਸੀ। ਇਹ ਠੀਕ ਹੈ ਡਾਣਾ ਸਭ ਤੇ ਆਪਾਂ ਹੁਣ ਚਾਹੀਦੇ ਵਿਚਾਰ ਦੀ ਸਾਂਝ ਪਾਈਏ। ਹੁਣ ਜੋ ਪਹਿਲਾਂ ਮੇਰੇ ਵਾਲਾ। ਜੀ। ਕਦੇ ਵੀ ਬੰਦਾ ਪਾਣੀ ਦੇ ਵਿੱਚ ਡਿੱਗਿਆ। ਹੂੰ। ਪਾਣੀ ਦੇ ਵਿੱਚ ਛਾਲ ਮਾਰਿਆ ਮੁਕਦਾ ਨਹੀਂ ਮਰਦਾ ਉਹ ਉਦੋਂ ਆ ਜਦੋਂ ਉਹਨੂੰ ਤੈਰਨਾ ਨਹੀਂ ਆਉਂਦਾ ਬਿਲਕੁਲ ਸਮੱਸਿਆਵਾਂ ਵੀ ਇਵੇਂ ਹੀ ਆ ਬੰਦਾ ਕਦੇ ਵੀ ਸਮੱਸਿਆਵਾਂ ਦੇ ਵਿੱਚ ਘਿਰਿਆ ਨਹੀਂ ਮਰਦਾ ਮਰਦਾ ਉਦੋਂ ਆ ਜਦੋਂ ਉਹਨੂੰ ਸਮੱਸਿਆਵਾਂ ਦਾ ਹੱਲ ਕੱਢਣ ਦੀ ਜੁਗਤ ਨਹੀਂ ਆਉਂਦੀ ਬਿਲਕੁਲ ਸਹੀ ਔਰ ਹਰ ਸਮੱਸਿਆ ਦਾ ਹੱਲ ਇਸ ਦੁਨੀਆ ਦੇ ਵਿੱਚ ਜ਼ਰੂਰ ਲੱਭ ਜਾਂਦਾ ਹੈ ਇਹ ਹੋ ਸਕਦਾ ਥੋੜਾ ਸਮਾਂ ਲੱਗ ਜਾਏ ਇਹ ਹੋ ਸਕਦਾ ਥੋੜੇ ਸਾਲ ਲੱਗ ਜਾਣ ਪਰ ਸਮੱਸਿਆ ਦਾ ਹੱਲ ਨਿਕਲਦਾ ਜ਼ਰੂਰ ਹੁੰਦਾ ਸੋ ਉਸ ਹੱਲ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਢੇਰੀ ਢਾਕੇ ਨਹੀਂ ਬਹਿਣਾ ਚਾਹੀਦਾ ਹਨਾ ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ ਜਿਹੜਾ ਮੈਂ ਚਾਹੀਦਾ ਵਿਚਾਰ ਲੈ ਕੇ ਆਈਆਂ ਜਣਾ ਸਾਹਿਬ ਤੁਸੀਂ ਖੁਸ਼ ਹੋ ਜਾਓਗੇ ਸੁਣ ਕੇ ਮੈਂ ਪਹਿਲਾਂ ਹੀ ਖੁਸ਼ ਆ ਅੱਛਾ ਫੇਰ ਨਾ ਸੁਣਾਵਾ ਨਹੀਂ ਫੇਰ ਵੀ ਆਉਣ ਦਿਓ ਤਾ ਤੁਹਾਡੇ ਜ਼ਿਆਦਾ ਖੁਸ਼ ਹੋ ਜੇ ਕਹਿੰਦੇ ਆਪਣੇ ਮਨ ਦੇ ਵਿੱਚ ਮੈਲ ਰੱਖ ਕੇ ਆਪਣੇ ਮਨ ਦੇ ਵਿੱਚ ਮੈਲ ਰੱਖ ਕੇ ਤੁਸੀਂ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ ਮੈਲ ਨੂੰ ਲਾ ਦਿਓ ਵਾਸ਼ਿੰਗ ਪਾਊਡਰ ਜਿਹੜੀ ਗੱਲ ਹੁੰਦੀ ਹੈ ਨਾ ਉਹ ਲੀੜੇ ਧੋਣ ਦੇ ਕੰਮ ਆਉਂਦਾ ਪਰ ਜਿਹੜੇ ਤੁਹਾਡੇ ਚੰਗੇ ਵਿਚਾਰ ਤੁਹਾਡੇ ਚੰਗੇ ਆਚਾਰ ਤੁਹਾਡੇ ਮਨ ਦੀ ਬੈਲ ਨੂੰ ਧੋਣ ਦਾ ਕੰਮ ਕਰਦੇ ਆ ਉਹਨਾਂ ਦਿਓ ਵਾਸ਼ਿੰਗ ਪਾਊਡਰ ਨਹੀਂ ਹੁੰਦਾ ਡਾਣਾ ਸਾਹਿਬ ਸਿਰਫ ਹਾਂ ਤੇ ਸਰਫ ਵੀ ਨਹੀਂ ਹੁੰਦਾ ਵੈਸੇ ਸਰਫ ਵੀ ਅੰਗਰੇਜ਼ੀ ਦਾ ਲਫ਼ਜ਼ ਆ ਪੰਜਾਬੀ ਚ ਦੱਸੋ ਪੰਜਾਬੀ ਚ ਕੱਪੜੇ ਧੋਣ ਵਾਲਾ ਕੋਈ ਚੀਜ਼ ਜਿਸ ਦਿਨ ਤੁਹਾਨੂੰ ਆਇਆ ਨਾ ਟੋਕਿਓ ਉਸ ਦਿਨ ਕੋਈ ਗੱਲ ਨਹੀਂ ਸਾਡਾ ਪਰਿਵਾਰ ਜ਼ਰੂਰ ਦੱਸ ਦੂਗਾ ਕਿ ਉਹਨੂੰ ਕੀ ਕਹਿ ਸਕਦੇ ਆ ਤੇ ਬਾਕੀ ਤੁਸੀਂ ਤਾਂ ਚਾਹੀਦਾ ਵਿਚਾਰ ਦੱਸ ਹੀ ਦਿਤਾ ਮੇਰੇ ਵਾਲਾ ਵੀ ਆਪਣੇ ਕੋਲੋਂ ਬਣਾ ਕੇ ਤੇ ਮੈਂ ਰਹਿਨ ਦਵਾ ਮਨ ਦੀ ਮਾਇਰ ਹਾਂ ਆਪਣੇ ਮਨ ਦੇ ਵਿੱਚ ਮੈਲ ਰੱਖ ਕੇ ਆਪਣੇ ਮਨ ਦੇ ਵਿੱਚ ਕੂੜਾ ਭਰ ਕੇ ਤੇ ਬਾਹਰੋਂ ਚੰਗੇ ਹੋਣ ਦਾ ਬਖਾਵਾ ਕਰਨਾ ਬਿਲਕੁਲ ਉਸੇ ਤਰ੍ਹਾਂ ਹੁੰਦਾ ਜਿਵੇਂ ਚਿੱਕੜ ਦੇ ਉੱਪਰ ਰੰਗ ਫੇਰਨਾ ਵਾਹ ਕੀ ਬਾਤ ਆ ਚਿੱਕੜ ਦੇ ਉੱਪਰ ਰੰਗ ਫੇਰਨਾ ਦੱਲੀ ਬਣ ਗਈ ਰੰਗਾਂ ਦੇ ਬਾਰੇ ਬਹੁਤ ਕੁਝ ਆਪਾਂ ਸੁਣਿਆ ਹਾਂਜੀ ਮੇਰੇ ਦਿਲ ਦੇ ਚਿੱਟੇ ਕੁੜਤੇ ਤੇ ਕੋ ਦੁੱਖਾਂ ਦੇ ਰੰਗਾਂ ਦੀ ਬਾਲਟੀ ਢੋਲੀ ਆ ਉਹ ਮੈਂ ਕਿਹਾ ਕਾ ਤੋ ਰੰਗ ਬਟਾ ਗਈ ਕਹਿੰਦੀ ਹੋਲੀ ਆ ਅੱਛਾ ਸਾਡੇ ਵਰੀ ਰੰਗ ਮੁੱਕਿਆ ਹਾਂਜੀ ਹੋਲੀ ਗੈਰ ਨਾਲ ਖੇਡੇ ਤੋਂ ਬਿਠੇਰੀ ਅੱਛਾ ਹੋਰ ਕੋਈ ਰੰਗ ਆ ਰਿਹਾ ਹੋਵੇ ਚੁੰਨੀ ਰੰਗ ਦੇ ਲਲਾਰੀਆ ਮੇਰੀ ਮਿੱਤਰਾਂ ਦੀ ਪੱਗ ਵਰਗੀ ਅੱਛਾ ਹਾਂਜੀ ਹੋਰ ਕੋਈ ਰੰਗ ਆ ਰਿਹਾ ਬਹੁਤ ਆ ਤੈਨੂੰ ਉਹ ਮਤਲਬ ਹੋਰ ਕੋਈ ਮੈਂ ਕਹਿਣ ਲੱਗ ਸੀ ਤੈਨੂੰ ਦਿਲ ਤੇ ਖੂਨ ਦੀ ਮਹਿੰਦੀ ਪਰ ਉਹ ਤੇ ਰੰਗ ਨਹੀਂ ਆਉਂਦਾ ਉਹ ਤੁਹਾਨੂੰ ਅਸਲ ਵਿੱਚ ਤੁਹਾਨੂੰ ਪਤਾ ਵੀ ਖੂਨ ਦਾ ਰੰਗ ਲਾਲ ਹੁੰਦਾ ਪਰ ਸੱਚ ਸੱਚ ਦੱਸ ਤਾ ਰੋਏ ਭੁੱਲ ਗਿਆ ਨਾ ਮੈਂ ਚਾਹੀਦਾ ਵਿਚਾਰ ਦਿੱਤਾ ਕੀ ਮੈਨੂੰ ਪਤਾ ਚਿੱਕੜ ਦੇ ਉੱਤੇ ਰੰਗ ਨਾ ਕਰੋ ਹੁੰਦਾ ਹੀ ਨਹੀਂ ਉਹ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਸੀ ਵੀ ਜੋ ਅੰਦਰੋਂ ਹੋ ਉਹੀ ਬਾਹਰ ਹੋਣਾ ਚਾਹੀਦਾ ਇਨਸਾਨ ਨੂੰ ਪਹਿਲੀ ਗੱਲ ਤਾਂ ਕਿਸੇ ਤੇ ਲਈ ਆਪਣੇ ਮਨ ਚ ਮੈਲ ਨਾ ਰੱਖੋ ਕੂੜਾ ਨਾ ਭਰੋ ਹਰ ਇਨਸਾਨ ਚੰਗਾ ਐ ਇਸ ਦੁਨੀਆ ਦੇ ਵਿੱਚ ਤੇ ਦੂਸਰੀ ਗੱਲ ਜੇ ਤੁਸੀਂ ਕਿਸੇ ਨੂੰ ਨਹੀਂ ਵੀ ਪਸੰਦ ਕਰਦੇ ਤੋ ਉਹਦੇ ਮੂੰਹ ਤੇ ਚੰਗੇ ਹੋਣ ਦਾ ਉਹਦੇ ਮੂੰਹ ਤੇ ਉਹਦੇ ਹੋਣ ਦਾ ਵਿਖਾਵਾ ਨਾ ਕਰੋ ਜੋ ਹਾਂ ਜਿਵੇਂ ਹਾਂ ਉਵੇਂ ਰਹੋ ਬਿਲਕੁਲ ਸਹੀ ਜੀ ਜੱਜ ਦਾ ਵਿਚਾਰ ਹਰਮਨ ਜੀ ਮਾਲ ਗੱਡੀਆਂ ਵਾਲਾ ਮਸਲਾ ਤਾਂ ਹੱਲ ਹੋ ਗਿਆ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਮੀਟਿੰਗ ਕਿਸਾਨ ਜਥੇਬੰਦੀਆਂ ਨਾਲ ਹੂੰ ਉਸ ਤੋਂ ਬਾਅਦ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਜੀ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਹੂੰ ਮੈਂ ਅਮਿਤ ਸ਼ਾਹ ਹੋਰਾਂ ਨੂੰ ਮਿਲਣਾ ਤੇ ਤੁਹਾਡੀਆਂ ਸਾਰੀਆਂ ਮੰਗਾਂ ਉਹਨਾਂ ਦੀ ਕਚਹਿਰੀ ਦੇ ਵਿੱਚ ਰੱਖਣੀਆਂ ਜੀ ਤੇ ਤੁਸੀਂ ਰੇਲ ਗੱਡੀਆਂ ਚੱਲਣ ਦੀ ਆਗਿਆ ਦੇ ਦਿਓ ਹੂੰ ਕਿਸਾਨ 10 ਦਸੰਬਰ ਤੱਕ ਮੰਨ ਗਏ ਆ ਉਹ ਕਹਿੰਦੇ ਮਾਲ ਗੱਡੀਆਂ ਵੀ ਲਗਾ ਲਓ ਸਵਾਰੀਆਂ ਵਾਲੀਆਂ ਗੱਡੀਆਂ ਵੀ ਲਗਾ ਲਓ ਪਰ ਜੇ ਤੁਸੀਂ 10 ਤਰੀਕ ਤੱਕ ਖੇਤੀ ਕਾਨੂੰਨ ਰੱਦ ਨਾ ਕਰਵਾਏ ਤਾਂ ਅਸੀਂ ਏਵੇਂ ਫੇਰ ਪਟੜੀਆਂ ਤੇ ਬਹਿ ਜਾਣਾ ਤਾਂ ਸਾਨੂੰ ਰੋਕਣ ਵਾਲਾ ਕੋਈ ਨਹੀਂ ਹੋਣਾ ਅੱਛਾ ਜੀ ਪਰਟਾਣਾ ਸਾਹਿਬ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਮਤਲਬ ਵਿਚ ਵਿਚਾਲੇ ਜੇ ਵਾਲੀ ਗੱਲ ਹੋ ਗਈ ਹੈਨਾ ਮਤਲਬ ਕਿਸਾਨਾਂ ਦੀ ਹਾਲੇ ਤੱਕ ਕੇਂਦਰ ਸਰਕਾਰ ਮੰਨ ਕੇ ਰਾਜ਼ੀ ਨਹੀਂ ਹੈਗੀ ਹਾਲੇ ਤੱਕ ਤੁਸੀਂ ਵੇਖੋ 2 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਵੀ ਉਹਨਾਂ ਵਿਚਾਰਿਆਂ ਨੂੰ ਆਪਣੀਆਂ ਮੰਗਾਂ ਦਾ ਖਾਤਰ ਸੜਕਾਂ ਦੇ ਉੱਪਰ ਟੋਲ ਪਲਾਜ਼ਿਆਂ ਦੇ ਬਾਹਰ ਆ ਜਿੰਨੇ ਰਿਲਾਇੰਸ ਦੇ ਮੌਲਮੂਲ ਇਹਨਾਂ ਦੇ ਬਾਹਰ ਬੈਠਿਆਂ ਨੂੰ ਪਰ ਫਿਰ ਵੀ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੰਗ ਰਹੀ ਹੈਨਾ ਉਹਨਾਂ ਨੂੰ ਕੋਈ ਖਿਆਲ ਹੀ ਨਹੀਂ ਆ ਵੀ ਇਹ ਇੱਕ ਮੌਸਮ ਇਹੋ ਜਿਹਾ ਹੈ ਜਾਂ ਉਹਨਾਂ ਦੀਆਂ ਮੰਗਾਂ ਕੀ ਨੇ ਉਹਨਾਂ ਦੀ ਜ਼ਿੰਦਗੀ ਜੁੜੀ ਹੋਈ ਹੈ ਸਭ ਕੁਝ ਦੇ ਨਾਲ ਉਹ ਕੁਝ ਵੀ ਸੋਚ ਕੇ ਰਾਜ਼ੀ ਨਹੀਂ ਤੇ ਆ ਮਣੀ ਮੰਗ ਉਹਨਾਂ ਨੇ ਉਲਟਾ ਬਣਵਾ ਲਈ ਤੁਸੀਂ ਇਹ ਦੱਸੋ ਵੀ ਅਜੇ ਤੱਕ ਦਿੱਲੀ ਦੀ ਕਿਹੜੀ ਸਰਕਾਰ ਇਹੋ ਜਿਹੀ ਹੋਈ ਆ ਜਿਹੜੀ 100% ਦੀ ਪੰਜਾਬ ਦੇ ਬਾਰੇ ਸੋਚਦੀ ਰਹੀ ਆ ਦਿੱਲੀ ਦੇ ਨਾਲ ਵਫਾਤਾ ਕਿਸੇ ਵੀ ਸਰਕਾਰ ਨੇ ਨਹੀਂ ਕਮਾਈ ਪਰ ਜਿਹੜੀ ਹੁਣ ਵਾਲੀ ਆ ਉਹਨੇ ਤਾਂ ਨਜ਼ਰ ਦੇ ਵਿੱਚ ਪੰਜਾਬ ਭਾਰਤ ਦਾ ਸੂਬਾ ਹੀ ਹੈ ਨੀਗਾ ਪੰਜਾਬ ਤਾਂ ਭਾਰਤ ਦਾ ਹਿੱਸਾ ਹੀ ਹੈ ਨੀਗਾ ਇਸ ਕਰਕੇ ਉਹ ਮਨ ਆਈਆਂ ਕਰਦੇ ਆ ਪਰ ਪੰਜਾਬ ਦੇ ਕਿਸਾਨਾਂ ਨੇ ਇਹ ਵੀ ਗੱਲ ਕਹੀ ਆ ਕਿ 26 ਤੇ 27 ਨੂੰ ਦਿੱਲੀ 'ਚ ਜਾ ਕੇ ਪੁੱਛਾਂ 'ਚ ਕਰੜਨੀਆਂ ਸੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਦੱਸਾਂਗੇ ਵੀ ਤੁਸੀਂ ਸਾਨੂੰ ਸੂਈ ਦੇ ਨੱਕੇ ਵਿੱਚ ਲੰਗਾਉਣੇ ਆ ਜਦੋਂ ਅਸੀਂ ਲੰਗਾਇਆ ਨਾ ਤੁਹਾਨੂੰ ਫੇਰ ਪਤਾ ਲੱਗਣਾ ਇਹਨਾਂ ਕੱਲ ਬੜਾ ਭਾਵਕ ਹੋ ਗਿਆ ਖਬਰਾਂ ਪੜ੍ਹ ਕੇ ਉਹਦੇ ਵਿੱਚ ਨਿੱਕੇ-ਨਿੱਕੇ ਬੱਚੇ ਵੀ ਘਰੋਂ ਘਰੀ ਜਾ ਕੇ ਤੇ ਮਾਈਆਂ ਪਹਿਣਾ ਬੀਬੀਆਂ ਤੋਂ ਰਾਸ਼ਨ ਮੰਗ ਰਹੇ ਆ ਅੱਛਾ ਜੀ ਕਿਸੇ ਨੂੰ ਕੋਈ ਕਿਲੋ ਦਾਲ ਦੇ ਰਿਹਾ ਕੋਈ 2 ਕਿਲੋ ਆਟਾ ਦੇ ਰਿਹਾ ਕੋਈ ਕਿਤੇ ਕੁਛ ਲਿਆ ਰਿਹਾ ਕੋਈ ਕਿਤੇ ਕੁਛ ਲਿਆ ਰਿਹਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਅਸੀਂ ਪੰਜ ਵੱਖੋ-ਵੱਖਰੇ ਰਸਤਿਆਂ ਥਾਣੀ ਦਿੱਲੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਨੀ ਆ ਜਿੱਥੇ ਵੀ ਸਾਨੂੰ ਦਿੱਲੀ ਵਾਲਿਆਂ ਨੇ ਰੋਕ ਲਿਆ ਪੁਲਿਸ ਨੇ ਰੋਕ ਲਿਆ 26 ਤੇ 27 ਤਰੀਕ ਨੂੰ ਅਸੀਂ ਨਾਲ ਦੀ ਨਾਲ ਉੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਅਣ ਮਿੱਥੇ ਸਮੇਂ ਦੇ ਲਈ ਤੇ ਤਿੰਨ ਤਿੰਨ ਚਾਰ ਚਾਰ ਮਹੀਨਾ ਦਾ ਰਾਸ਼ਨ ਜਿਹੜਾ ਉਹ ਟਰਾਲੀਆਂ ਦੇ ਵਿੱਚ ਕਿਸਾਨਾਂ ਨੇ ਰੱਖ ਕੇ ਲੈ ਜਾਣਾ ਵੀ ਇਸ ਤਿਆਰੀ ਦੇ ਵਿੱਚ ਕਿਸਾਨ ਚੱਲੇ ਆ ਜਿਹੜੇ ਉੱਥੇ ਉੱਚੀ ਥਾਂ ਦੇ ਉੱਤੇ ਦਿੱਲੀ ਦੇ ਵਿੱਚ ਬੈਠ ਕੇ ਗੱਲ ਕਹਿੰਦੇ ਆ ਨਾ ਕਿ ਪੰਜਾਬ ਦੇ ਕਿਸਾਨ ਤਾਂ ਗੁੰਮਰਾਹ ਕੀਤੇ ਗਏ ਹਨ ਪੰਜਾਬ ਦੇ ਕਿਸਾਨਾਂ ਨੂੰ ਤਾਂ ਸਮਝ ਹੀ ਹੈ ਨਹੀਂ ਪੰਜਾਬ ਦੇ ਕਿਸਾਨਾਂ ਦੇ ਭਲੇਖੇ ਅਸੀਂ ਕਢ ਦਿੱਤੇ ਹਨ ਇਹ ਭਲੇਖੇ 26 ਤੇ 27 ਨੂੰ ਨਿਕਲਨੇ ਆ ਬਿਲਕੁਲ ਸਹੀ ਗੱਲ ਹੈ ਪਰ ਨਾ ਇੱਕ ਚੀਜ਼ ਸੱਚੀ ਮਨ ਦੇ ਵਿੱਚ ਵਾਰ-ਵਾਰੇ ਖਿਆਲ ਆਉਂਦਾ ਹੈ ਕਿ ਇਹ ਨਾ ਸਾਰੇ ਕਿਸਾਨਾਂ ਨੂੰ ਸਲਾਮ ਕਰਨ ਨੂੰ ਜੀ ਕਰਦਾ ਜਿੰਨਾ ਲੰਬਾ ਇਹ ਸੰਘਰਸ਼ ਚੱਲ ਗਿਆ ਸਭ ਤੋਂ ਪਹਿਲਾਂ ਜੋ ਸ਼ੁਰੂਆਤ ਹੋਈ ਸੀ ਉਦੋਂ ਇਹ ਕਿਹਾ ਜਾਂਦਾ ਸੀ ਕਿ ਜੇ ਲੰਮਾ ਹੋ ਗਿਆ ਤਾਂ ਇਹ ਖਿੰਡ ਪੁੰਡ ਜਾਣਾ ਇਹ ਇੱਦਾਂ ਇਕਾਂ ਨਹੀਂ ਰਹੂਗਾ ਕਿਸਾਨਾਂ ਨੇ ੜਡ ਵੱਡ ਹੋ ਜਾਣਾ ਇਹ ਹੋ ਜਾਣਾ ਉਹ ਹੋ ਜਾਣਾ ਪਰ ਹਾਲੇ ਤੱਕ ਉਹ ਡਟੇ ਹੋਏ ਨੇ ਇਹਦੇ ਲਈ ਉਹਨਾਂ ਸਾਰਿਆਂ ਨੂੰ ਸਲਾਮ ਕਰਨ ਲਈ ਵੜਦੀ ਹੈ ਕਿਉਂਕਿ ਜਿਹੜੇ ਮੌਸਮ ਚ ਆਪਣੀਆਂ ਰਜਾਈਆਂ ਛੱਡਣ ਨੂੰ ਜੀ ਕਰਦਾ ਉਸ ਮੌਸਮ ਦੇ ਵਿੱਚ ਉਹ ਲੋਕ ਸੜਕਾਂ ਦੇ ਉੱਪਰ ਉਹ ਲੋਕ ਕਹਿੰਦੇ ਜਿੱਥੇ ਵੀ ਰੋਕਿਆ ਉੱਥੇ ਅਸੀਂ ਧਰਨਾ ਲਾ ਕੇ ਬਹਿ ਜਾਵਾਂਗੇ ਸੋ ਉਹਨਾਂ ਦੇ ਜਿਗਰੇ ਨੂੰ ਸਲਾਮ ਹੈ ਦੇਖੋ ਏਕੇ ਦਾ ਕਿੰਨਾ ਵੱਡਾ ਪ੍ਰਭਾਵ ਹੁੰਦਾ ਆ ਜਿਹੜੇ ਟੋਲ ਪਲਾਜ਼ਾਂ ਵਾਲੇ ਕਰਮਚਾਰੀ ਆ ਏ ਨਾ ਕਿਸੇ ਨੂੰ 5 ਰੁਪਏ ਨਹੀਂ ਛੱਡਦੇ ਬਿਲਕੁਲ ਜੇ ਕੋਈ ਕਵੇ ਮੇਰੇ ਕੋਲੇ 5 ਰੁਪਏ ਘਟਾਣਾ ਤੁਹਾਡਾ ਸਿਰ ਪਾੜਨ ਨੂੰ ਫਿਰਦੇ ਹੁੰਦੇ ਤੇ ਕਈ ਵਾਰ ਖਬਰਾਂ ਵੀ ਆਉਂਦੀਆਂ ਸਿਰ ਪਾੜਨ ਦੀਆਂ ਪਰ ਹੁਣ ਵੀ ਤਾਂ ਬੰਦੇ ਬਣੇ ਬੈਠੇ ਆ ਦੋ ਮਹੀਨਿਆਂ ਤੋਂ ਇੱਕ ਵੀ ਬੰਦੇ ਦੀ ਪਰਚੀ ਨਹੀਂ ਘਟ ਸਕੇ ਇਹ ਵੀ ਕਿਸਾਨਾਂ ਦੇ ਕਰਕੇ ਹੀ ਆ ਜਿਹੜੇ ਅਸੀਂ ਸਾਰੇ ਆਪ ਦੀ ਗੱਡੀ ਲੈ ਕੇ ਕਦੇ ਐ ਨੂੰ ਨਿਕਲ ਜਾਂਦੇ ਕਦੇ ਐ ਨੂੰ ਨਿਕਲ ਜਾਂਦੇ ਆ ਇਸ ਕਰਕੇ ਸਾਡਾ ਸਬਦਾ ਹੀ ਫਰਜ਼ ਬਣਦਾ ਜੇ ਅਸੀਂ ਕਿਸਾਨ ਭਾਈਚਾਰੇ ਦੇ ਨਾਲ ਖੜੀ ਗਏ ਬਿਲਕੁਲ ਬਣਦਾ ਤਾਂ ਹੈ ਟਹਿਣਾ ਸਭ ਪਰ ਨਾ ਲੋਕਾਂ ਤੇ ਉਦੋਂ ਹੈਰਾਨੀ ਹੁੰਦੀ ਹੁੰਦੀ ਆ ਤੁਸੀਂ ਵੇਖੋ ਕੱਲੀ ਅੱਜ ਦੀ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਸਾਬ ਨਾਲ ਇੰਨਾ ਕੁਝ ਹੋਇਆ ਅਸੀਂ ਲੋਕ ਤਾਂ ਉਦੋਂ ਵੀ ਨਹੀਂ ਸਮਝੇ ਅਸੀਂ ਉਦੋਂ ਵੀ ਨਹੀਂ ਇਕੱਠੇ ਹੋਏ ਅਸੀਂ ਅੱਜ ਵੀ ਉਹਨਾਂ ਨੂੰ ਆਪਣਾ ਰੱਬ ਬਣਾਈ ਬੈਠੇ ਹਾਂ ਵੀ ਇਹ ਲੀਡਰ ਨਹੀਂ ਇਹ ਸਾਡੇ ਰੱਬ ਨੇ ਜਿਵੇਂ ਕਹਿਣਗੇ ਓਵੇਂ ਹੀ ਅਸੀਂ ਕਰਾਂਗੇ ਹਨਾ ਅਸੀਂ ਇਹ ਸੋਚਦੇ ਨਹੀਂ ਵੀ ਬੀਤੇ ਸਮੇਂ 'ਚ ਨਾ ਲੀਡਰਾਂ ਨੇ ਸਾਡੇ ਨਾਲ ਕੀ ਕੁਝ ਕੀਤਾ ਹਨਾ ਸੋ ਜੇ ਅਸੀਂ ਇਕੱਠੇ ਨਹੀਂ ਆ ਤਾਂ ਹੀ ਤਾਂ ਇਹ ਲੀਡਰ ਸਾਡਾ ਫਾਇਦਾ ਚੁੱਕਦੇ ਨੇ ਬਿਲਕੁਲ ਜੀ ਤੇ ਲੀਡਰਾਂ ਨੇ ਨਾ ਪਹਿਰੇ ਹੱਥ ਲਾਉਣਾ ਬੰਦ ਕਰ ਗਏ ਪਰ ਇਹ ਤਾਂ ਸਾਡੇ ਪੰਜਾਬੀਆਂ ਨੂੰ ਮਤ ਆਉਣੀ ਚਾਹੀਦੀ ਆ ਵੀ ਉਹ ਅਸੀਂ ਚੁਣੇ ਆ ਆਪਦੀ ਸੇਵਾ ਲਈ ਉਹ ਅਸੀਂ ਸੇਵਾਦਾਰ ਚੁਣੇ ਆ ਸਾਡੀਆਂ ਵੋਟਾਂ ਦੇ ਕਰਕੇ ਉਹ ਬੜੇ ਆ ਸਾਡੇ ਵੱਲੋਂ ਦਿੱਤੇ ਟੈਕਸ ਦੇ ਕਰਕੇ ਉਹਨਾਂ ਨੂੰ ਤਨਖਾਹਾਂ ਤੇ ਭੱਤੇ ਮਿਲਦੇ ਆ ਸਾਡੇ ਟੈਕਸਾਂ ਦੇ ਕਰਕੇ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾ ਦੇ ਸੈਸ਼ਨ ਚੱਲਦੇ ਆ ਅਸੀਂ ਪੈਰਾਂ ਦੇ ਵਿੱਚ ਪਹਿਣਾ ਬੰਦ ਕਰ ਗਏ ਆ ਨਾ ਜਿਹੜੇ ਗਨਮੈਨ ਕਲਚਰ ਆ ਸੁਰੱਖਿਆ ਕਰਮਚਾਰੀ ਕਲਚਰ ਆ ਸਭਿਆਚਾਰ ਇਹ ਬਿਲਕੁਲ ਤਿਆਗ ਦੇਣਾ ਚਾਹੀਦਾ ਪਰ ਗੱਲ ਇਹ ਵੀ ਆ ਨਾ ਜਨਾਬ ਸਭ ਅਸੀਂ ਪੈਰਾਂ ਹੀ ਪਹਿਣੋਂ ਕਿੱਦਾਂ ਹਟ ਜਾਈ ਕਿਉਂਕਿ ਅਸੀਂ ਆਪ ਵੀ ਤਾਂ ਕਾਣੇ ਆ ਸਾਡੇ ਮਨ 'ਚ ਇਹ ਹੁੰਦਾ ਕੱਲ ਨੂੰ ਥਾਣੇ ਕੋਈ ਕੰਮ ਪੈ ਗਿਆ ਤਾਂ ਨਾ ਲੈ ਦਾਂਗੇ ਕੱਲ ਨੂੰ ਫਲਾਣੀ ਥਾਂ ਤੇ ਕੋਈ ਕੰਮ ਪੈ ਗਿਆ ਤਾਂ ਕਹਿ ਸਕਦੇ ਹਾਂ ਫਲਾਣੇ ਲੀਡਰ ਨਾਲ ਆਪਣੀ ਯਾਰੀ ਹੈ ਫਲਾਣੇ ਲੀਡਰ ਨਾਲ ਆਪਣੀ ਫੋਟੋ ਹੈ ਜਦ ਤਈ ਅਸੀਂ ਆਪਣੇ ਅੰਦਰੋਂ ਕਾਣ ਨਹੀਂ ਮਕਾਉਂਦੇ ਸੀ ਅਗਲੇ ਨੂੰ ਕਿਵੇਂ ਕਹਦੇ ਆਂ ਬਸ ਫਿਰ ਇੱਥੇ ਸਾਰੇ ਇੱਕੋ ਜਿਹੇ ਆ ਨਾ ਤਾਂ ਆਪਾਂ ਇਹ ਕਹਿ ਸਕਦੇ ਵੀ ਕੱਲੇ ਲੀਡਰ ਗਲਤ ਆ ਨਾ ਸੀ ਇਹ ਗੱਲ ਕਹਿ ਸਕਦੇ ਵੀ ਕੱਲੇ ਲੋਕ ਗਲਤ ਆ ਇਸ ਕਰਕੇ ਆਓ ਹੁਣ ਆਪਾਂ ਪੰਜਾਬ ਦੀ ਕਿਸਾਨੀ ਬਚਾਉਣ ਦੇ ਲਈ ਇੱਕ ਮਨ ਇੱਕ ਜੁੱਟ ਹੋ ਕੇ ਤੇ ਅੱਗੇ ਤੋਂ ਅੱਗੇ ਵਧੀਏ ਤੇ ਤਮਾਸ਼ੇ ਜੇ ਆਪਾਂ ਬਹੁਤ ਚਿਰ ਦੇਖ ਲਏ ਆ ਤੇ ਹੁਣ ਹੋਰ ਤਮਾਸ਼ਾ ਗਰੀਨ ਆ ਕਰ ਗ ਹਰ ਬੰਦੀ ਬੰਦਾ ਫੜਿਆ ਜਾਂਦਾ ਜਿੰਨਾ ਮਰਜ਼ੀ ਚਤਰਾ ਹੋਵੇ ਸੱਚ ਕਦੇ ਨਹੀਂ ਲੁਕਦਾ ਇੱਕ ਨਾ ਇੱਕ ਦਿਨ ਤਾਂ ਉਹ ਸਾਹਮਣੇ ਆ ਹੀ ਜਾਣਾ ਹੂੰ ਤੁਸੀਂ ਕਹੋ ਜੀ ਕਿ ਮੈਂ ਤਾਂ ਬਹੁਤ ਚਲਾਕ ਬੰਦਾ ਤੇ ਮੇਰਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਚਲੋ ਹੋ ਸਕਦਾ 6 ਮਹੀਨਾ ਠਹਿਰ ਕੇ ਪਤਾ ਲੱਗ ਜੇ ਹੂੰ ਜੇ ਤੁਸੀਂ ਹੋਰ ਜ਼ਿਆਦਾ ਤੇਜ਼ ਹੋ ਹੋ ਸਕਦਾ ਸਾਲ ਠਹਿਰ ਕੇ ਪਤਾ ਲੱਗ ਜੇ ਜੇ ਤੁਸੀਂ ਚਲਾਕਾਂ ਦੇ ਬ੍ਰਾਂਡ ਮਿਸਟਰ ਬਿਲਕੁਲ ਬਹੁਤ ਕਮਾਲ ਦੇ ਹੋ ਸਕਦਾ 2 ਸਾਲ ਠਹਿਰ ਕੇ ਲੱਗ ਜੇ ਪਰ ਉਹ ਗਲਤ ਕੰਮ ਦਾ ਨਤੀਜਾ ਸਾਹਮਣੇ ਆਉਣਾ ਹੀ ਆਉਣਾ ਜੋ ਮਰਜ਼ੀ ਬਣੇ ਫਿਰੋ ਹੁਣ ਜਿਹੜੀ ਖਬਰ ਆਈ ਹੈ ਨਾ ਜਲੰਧਰ ਦੀ ਮੈਂ ਇਹਦੇ ਉੱਤੇ ਬੜਾ ਹੈਰਾਨ ਆ ਦੇਖੋ ਅਸੀਂ ਕੋਰੋਨਾ ਮਹਾਮਾਰੀ ਨੂੰ ਅੱਜ ਵੀ ਹੰਡਾ ਰਹੇ ਹਾਂ ਪੰਜਾਬ ਦੇ ਵਿੱਚ ਤੇ ਭਾਰਤ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਕਰੋਨਾ ਦਾ ਖੈਰ ਇੱਕ ਵਾਰ ਫਿਰ ਵਧ ਰਿਹਾ ਹੌਲੀ ਹੌਲੀ ਪਰ ਨਾ ਜਿਹੜਾ ਇਹ ਕਰੋਨਾ ਦਾ ਸਿਖਰ ਲੰਘ ਕੇ ਗਿਆ ਪੰਜਾਬ ਦੇ ਵਿੱਚੋਂ ਉਹਦੇ ਵਿਚਲੀਆਂ ਕੁਝ ਕੁ ਖਬਰਾਂ ਨਾ ਜਿਹੜੀਆਂ ਉਹ ਚੇਤੇ ਦੀ ਚੰਗੇਰ ਦੇ ਵਿੱਚ ਗੂੰਜਦੀਆਂ ਕਿਉਂਕਿ ਜਲੰਧਰ ਦੇ ਵਿੱਚ ਪਤਾ ਲੱਗਾ ਜੀ ਪਿਛਲੇ ਦਿਨੀ ਇੱਕ ਬੰਦਾ ਜਿਹੜਾ ਕਿਉਂਕਿ ਜਦੋਂ ਹੁਣ ਲੋਕਡਾਊਨ ਸੀ ਕੋਈ ਇਧਰੋਂ ਇਧਰ ਜਾ ਨਹੀਂ ਸਕਦਾ ਹੁਣ ਕਹਾਣੀ ਉੱਭਰ ਕੇ ਸਾਹਮਣੇ ਆਈ ਆ ਪੁਲਿਸ ਅਧਿਕਾਰੀਆਂ ਨੇ মিডিਏ ਦੇ ਵਿੱਚ ਦੱਸੀ ਆ ਉਹ ਕਹਿੰਦੇ ਬੜੀਆਂ ਉਵਲੀਆਂ ਉਵਲੀਆਂ ਘਟਨਾਵਾਂ ਵਾਪਰੀਆਂ ਸਾਨੂੰ ਬੜੀ ਅਜੀਬ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਕਹਿੰਦੇ ਵੀ ਜਦੋਂ ਚਾਰੇ ਪਾਸੇ ਸੁੰਨਪਸਰੀ ਹੋਈ ਆ ਤਾਂ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਅਸੀਂ ਰੋਕਿਆ ਕਿੱਧਰ ਕਹਿੰਦਾ ਘਰ ਵਾਲੀ ਕੋਲੇ ਚੱਲਿਆ ਅਸੀਂ ਆਖਿਆ ਠੀਕ ਆ ਘਰ ਨੂੰ ਚੱਲਿਆ ਜੀ ਧਰੇ ਚਲਾ ਗਿਆ 4 ਘੰਟੇ ਬਾਅਦ ਉਹ ਇਧਰ ਨੂੰ ਆਵੇ ਕਹਿੰਦੇ ਆਖਿਆ ਹੁਣ ਕਹਿੰਦਾ ਘਰ ਵਾਲੀ ਕੋਲੇ ਚੱਲਿਆ ਹੈ ਕਹਿੰਦੇ ਅਸੀਂ ਆਖਿਆ ਵੀ ਸ਼ਾਇਦ ਸਾਨੂੰ ਭਲੇਖਾ ਲੱਗਿਆ ਹੋਣਾ ਕੋਈ ਇਹ ਬੰਦਾ ਉਹ ਨਾ ਹੋਵੇ ਸਿਰ ਦਾ ਖੁਰਕਿਆ ਲੌਜੀਕ ਇਹਦਾ ਅਗਲੇ ਦਿਨ ਫੇਰ ਨਾਕਾ ਲਾਈ ਖੜੇ ਉਹ ਐ ਨੂੰ ਫੇਰ ਜਾਵੇ ਅੱਛਾ ਅਸੀਂ ਆਖਿਆ ਵੀ ਆਪਾਂ ਕਹਿੰਦਾ ਘਰ ਵਾਲੀ ਕੋਲੇ ਚੱਲਿਆ ਅੱਛਾ ਆਥਣ ਤੱਕ ਕਹਿੰਦੇ ਅਸੀਂ ਨਾਕੇ ਤੇ ਖੜੇ ਸੀ ਹੂੰ ਫੇਰ ਆ ਗਿਆ ਕਿੱਧਰ ਕਹਿੰਦਾ ਘਰ ਵਾਲੀ ਕੋਲੇ ਚੱਲਿਆ ਹੈ ਕਹਿੰਦਾ ਵੀ ਇੱਕ ਦਿਨ ਅਸੀਂ ਨਾ ਪਿੱਛੇ ਪਿੱਛੇ ਗਏ ਉਹਦੇ ਹੂੰ ਤੇ ਜਿੱਥੇ ਉਹ ਗਿਆ ਉਸ ਘਰ ਦੇ ਵਿੱਚ ਅਸੀਂ ਵੀ ਚਲੇ ਗਏ ਹੂੰ ਤੇ ਅਸੀਂ ਆਖਿਆ ਵੀ ਹਾਂ ਆਪਾਂ ਹੂੰ ਕਹਿੰਦਾ ਵੀ ਮੇਰੀ ਘਰ ਵਾਲੀ ਆ ਅੱਛਾ ਉਹ ਘਰ ਵਾਲੀ ਨੂੰ ਪੁੱਛਿਆ ਵੀ ਤੇਰੇ ਕਿੰਨੇ ਘਰ ਵਾਲੇ ਆ ਜਾਂ ਇਹੜੀਆਂ ਕਿੰਨੀਆਂ ਘਰ ਵਾਲੀਆਂ ਜੀ ਉਹ ਕਹਿੰਦੀ ਜੀ ਮੈਂ ਹੀ ਆ ਇਹਦੀ ਜਾਨੇਮਨ ਇੱਕੋ ਹੀ ਆ ਮੈਨੂੰ ਇਹਨੇ ਬਸ ਸਭ ਦੇ ਸਾਹਮਣੇ 100 ਬੰਦੇ ਦੇ ਵਿੱਚ ਮੈਨੂੰ ਵਿਆਹ ਕੇ ਲਿਆਇਆ ਹਾਂ ਵੀ ਇਹਦੀ ਮੈਂ ਧੜਕਨ ਦੇ ਵਿੱਚ ਤਸ ਗਈ ਆ ਇਹਦੇ ਸਾਹਾਂ ਦੇ ਵਿੱਚ ਵਸ ਗਈ ਆ ਐਡੀ ਵੀ ਨਹੀਂ ਗੱਲ ਕਹੀ ਸੀ ਉਹਨੇ ਬਾਅਦ ਵਿੱਚ ਜਿਹੜਾ ਫੇਫੜਾ ਕੱਢਦਾ ਉਹਨੇ ਹੱਥ ਪਾ ਕੇ ਅੱਛਾ ਫੇਰ ਫਿਰ ਉਹ ਗੱਲ ਖੁੱਲ ਗਈ ਉਹਦੀ ਉਹ ਕਹਿੰਦੇ ਜਦੋਂ ਐਨ ਹੋ ਜਾਂਦਾ ਇਹ ਕਿੱਧਰ ਉਹ ਕਹਿੰਦੀ ਮੈਨੂੰ ਕੀ ਪਤਾ ਕੋਈ ਬਾਜ਼ਾਰ ਬਦੁਰ ਜਾਂਦਾ ਕੋਣਾ ਮੰਨ ਗਿਆ ਕਹਿੰਦਾ ਵੀ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾਗਾ ਇਹਨੂੰ ਨਹੀਂ ਪਤਾ ਵੀ ਮੈਂ ਉਧਰ ਵੀ ਰੱਖੀ ਆ ਉਧਰ ਨਹੀਂ ਪਤਾ ਮੈਂ ਇਹਦੀ ਰੱਖੀ ਆ ਤੇ ਮੇਰੇ ਦੋ ਵਿਆਹ ਹੋਏ ਆ ਹਾ ਬਸ ਫਿਰ ਪੜਿਆ ਗਿਆ ਹਾਂ ਮਤਲਬ ਉਹ ਧੜਕਣ ਵਾਲੀ ਗੱਲ ਤਾਂ ਜਮੇ ਝੂਟੀ ਹੋ ਗਈ ਕਿ ਦੋ ਵਾਰ ਵੈਸੇ ਹੀ ਉਹਦੀ ਬੰਦ ਹੋ ਗਈ ਲੋੜ ਹੀ ਨਹੀਂ ਗਾਣਾ ਗਾਉਣ ਦੀ ਨਹੀਂ ਹਾਦੀ ਹੋ ਗਈ ਟਾਣਾ ਸਾਹਿਬ ਲੋਕ ਹੀ ਡਰਦੇ ਹੀ ਨਹੀਂ ਕਿਸੇ ਗੱਲੋਂ ਲੋਕ ਦੇਖੋ ਇਹ ਹੁੰਦੇ ਆ ਹਾਂ ਨਹੀਂ ਐ ਤਾਂ ਹੁੰਦੇ ਆ ਤੁਸੀਂ ਦੇਖੋ ਇੱਕ ਤਾਂ ਕਾਨੂੰਨੀ ਜੁਰਮ ਐ ਤੁਸੀਂ ਇੱਕ ਵਿਆਹ ਦੇ ਹੁੰਦਿਆ ਹੋਇਆ ਦੂਜਾ ਵਿਆਹ ਨਹੀਂ ਕਰਵਾ ਸਕਦੇ ਹਨਾ ਦੂਸਰੀ ਗੱਲ ਤੁਸੀਂ ਘਰ ਦੇ ਵਿੱਚ ਦੋਹਾਂ ਜਣੀਆਂ ਨੂੰ ਧੋਖਾ ਦੇ ਰਹੇ ਹੋ ਪਤਾ ਹੀ ਨਹੀਂ ਉਹਨਾਂ ਨੂੰ ਵੀ ਅਸੀਂ ਵੀ ਦੋ ਦੋ ਇਹਦੀਆਂ ਕਾਰਨ ਇਹੋ ਜੀਆਂ ਕਲਾ ਜਿਹੜੀਆਂ ਨਾ ਉਹ ਛੇਤੀ ਪਰਦਾ ਫਾਸ਼ ਹੋ ਜਾਂਦਾ ਹੁੰਦਾ ਛੇਤੀ ਨਹੀਂ ਹੋਇਆ ਕਈ ਵਾਰਿਆਂ ਬਾਅਦ ਹੋਇਆ ਹੋ ਤਾਂ ਗਿਆ ਨਾ ਸੱਚ ਸਾਹਮਣੇ ਆ ਹੀ ਜਾਂਦਾ ਹੁੰਦਾ ਇਹ ਤਾਂ ਤਾਲਾਬੰਦੀ ਕਰਕੇ ਆ ਹਾਂ ਨਹੀਂ ਤੁਸੀਂ ਬੰਦੇ ਵੱਲੋਂ ਨਹੀਂ ਮੈਂ ਤਾਂ ਨਿਰਪੱਖ ਹਾਂ ਲੱਗ ਨਹੀਂ ਸੀ ਜਿੰਨਾ ਪੱਖ ਪੂਰ ਰਹੇ ਨਾ ਤੁਸੀਂ ਲੱਗ ਨਹੀਂ ਸੀ ਨਹੀਂ ਮੈਂ ਤਾਂ ਬਈ ਗਲਤ ਕੰਮ ਤਾਂ ਗਲਤ ਆ ਮੈਂ ਤਾਂ ਕਹਿਣਾ ਹਾਂ ਬੁਰੇ ਕੰਮ ਦਾ ਬੁਰਾ ਨਤੀਜਾ ਹਾਂ ਹਾਂ ਕਿਉਂ ਭਈ ਚਾਚਾ ਅਰੇ ਹਾਂ ਭਤੀਜਾ ਪਹਿਲਾਂ ਮਾਈ ਸੀ ਉਹਦੇ ਚ ਗਾਣਾ ਸੀ ਸੱਚੀ ਕਹਿ ਰਹੀ ਹਾਂ ਚਲੋ ਭਈ ਜਿੱਥੇ ਵੀ ਮਰਜ਼ੀ ਗਾਣਾ ਸੀ ਜੋ ਵੀ ਮਰਜ਼ੀ ਗਾਣਾ ਸੀ ਸਾਡੇ ਗਾਣੇ ਵਾਲੇ ਤਾਂ ਟੁੱਟੜਾ ਦਿੰਦੇ ਕਈ ਲੋਕ ਪਰ ਗੱਲ ਇਹ ਆ ਵੀ ਜੇਕਰ ਭਾਈ ਤੂੰ ਦੱਸਿਆ ਹੀ ਨਹੀਂ ਉਧਰਲੀ ਨੂੰ ਇਧਰਲੀ ਬਾਰੇ ਇਧਰਲੀ ਨੂੰ ਉਧਰਲੀ ਬਾਰੇ ਤਾਂ ਬਈ ਪੰਗਾ ਪੈਣਾ ਹੀ ਸੀ ਅੱਜ ਨਹੀਂ ਤਾਂ ਕੱਲ ਪੈ ਜਾਣਾ ਸੀ ਜੀ ਉਹ ਦੋਵੇਂ ਜਣੀਆਂ ਰਜ਼ਾਮੰਦੀ ਨਾਲ ਕਹਿੰਦੀਆਂ ਹੁਣ ਵੀ ਸਾਨੂੰ ਇਹ ਬੁੱਗਾ ਕਬੂਲ ਆ ਤਾਂ ਗੱਲ ਵੱਖਰੀ ਐ ਪਰ ਜੇ ਤ ਤੋਖਾ ਦੇਵੇਂ ਇਹਨੂੰ ਦੱਸਈ ਨਾ ਵੀ ਰਿਤਿਕਾ ਇਧਰ ਆ ਤੇ ਗੀਤਕਾ ਇਧਰ ਆ ਤੂੰ ਫਸੇਗਾ ਨਹੀਂ 1 ਮਿੰਟ ਦੋਵੇਂ ਜੜੀਆਂ ਕਿਵੇਂ ਕਹਿ ਸਕਦੀਆਂ ਨੇ ਕਿ ਬੁੱਗਾ ਬੁੱਗਾ ਨਾ ਹੋਇਆ ਰਿਤਿਕ ਰੋਸ਼ਨ ਹੀ ਹੋ ਗਿਆ ਉਹ ਕੀ ਪਤਾ ਰਿਤਿਕ ਰੋਸ਼ਨਰ ਗਈ ਹੋਵੇ ਅੱਛਾ ਹੁਣ ਤੁਸੀਂ ਫੇਰ ਬੰਦੇ ਵੱਲ ਉਹ ਨਹੀਂ ਮੈਂ ਚੰਚਦਾ ਵੀਚਾ ਹਰਮਨ ਜੀ ਨਿੱਕੇ ਹੁੰਦਾ ਤਾ ਮੈਂ ਇੱਕ ਗੱਲ ਸੁਣਨ ਦਾ ਆਇਆ ਜਿਹੜੀ ਕੁਕੜੀ ਹੁੰਦੀ ਨਾ ਇਨ ਹਾਂ ਜਿਹਨੂੰ ਮੁਰਗੀ ਕਹਿੰਦੇ ਆ ਹਾਂ ਉਹਦਾ ਕਹਿੰਦੇ ਮੇਦਾ ਬੜਾ ਤਕੜਾ ਹੁੰਦਾ ਅੱਛਾ ਉਹ ਕੰਕਰ ਪੱਥਰ ਵੀ ਪਚਾ ਜਾਂਦੀ ਆ ਅੱਛਾ ਜੀ ਫਿਰ ਮੈਂ ਸੋਚਦਾ ਮੈਂ ਕੁਕੜੀ ਸਾਡੇ ਮੂਰੇ ਕੀ ਚੀਜ਼ ਆ ਸਾਡੇ ਦੇਸ਼ ਦੇ ਨੇਤਾ ਭ੍ਰਿਸ਼ਟਾਚਾਰੀ ਲੋਕ ਰੇਤਾ ਖਾ ਜਾਂਦੇ ਆ ਕਦੇ ਮਿਹਦਾ ਨਹੀਂ ਖਰਾਬ ਹੋਇਆ ਪੁਲ ਖਾ ਜਾਂਦੇ ਆ ਪੁਲ ਖਾ ਜਾਂਦੇ ਆ ਕਦੇ ਮਿਹਦਾ ਨਹੀਂ ਖਰਾਬ ਹੋਇਆ ਇਮਾਰਤਾਂ ਖਾ ਜਾਂਦੇ ਆ ਇਮਾਰਤਾਂ ਖਾ ਗਏ ਪਤਾ ਹੀ ਨਹੀਂ ਕੀ ਕੀ ਖਾ ਗਏ ਇਹ ਤਾਂ ਸ਼ਹੀਦਾਂ ਦੇ ਤਾਬੂਤ ਖਾ ਗਏ ਬਿਲਕੁਲ ਇਹ ਲੜਾ ਕਦੇ ਮਿਹਦਾ ਨਹੀਂ ਖਰਾਬ ਹੋਇਆ ਇਹ 5000 ਕਰੋੜ ਦਾ ਸਮਾਨ ਖਾ ਗਏ 25000 ਕਰੋੜ ਦਾ ਸਮਾਨ ਖਾ ਗਏ ਪਤਾ ਨਹੀਂ ਢੈਡਾ ਕਿ ਕੀ ਚਬੂਤਰਾ ਇਹਨਾਂ ਦਾ ਪਰਦਾ ਹੀ ਨਹੀਂ ਹਾਂ ਬਿਲਕੁਲ ਨਹੀਂ ਪਰਦਾ ਇਹ ਕੱਲਾ ਹੀ ਆ ਉਹਨਾਂ ਚੋਂ ਪਰ ਹੁਣ ਪੰਜਾਬ ਦੇ ਵਿੱਚੋਂ ਇੱਕ ਨਵੀਂ ਖਬਰ ਆ ਗਈ ਆ ਪਠਾਨਕੋਟ ਦੇ ਕੋਲੇ ਜਿਹੜੀ ਹੈਗੀ ਆ ਹੱਦ ਤਾਂ ਮਾਚਲ ਪ੍ਰਦੇਸ਼ ਵਾਲਾ ਏਰੀਆ ਸ਼ੁਰੂ ਹੁੰਦਾ ਉਥੇ ਧਾਰ ਬਲਾਕ ਆ ਧਾਰ ਬਲਾਕ ਦਾ 27000 ਏਕੜ ਜ਼ਮੀਨ ਆ ਜਿਹੜੀ ਉਹ ਹੈਗੀ वन ਵਿਭਾਗ ਵੱਲ ਦੀ ਉਹਦੇ ਵਿੱਚੋਂ ਨਾ ਵੱਡੇ ਖੇਤਰ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਉਹ ਜਿਹੜੇ ਪਟਵਾਰੀ ਆ ਤਨਗੋ ਆ ਤਹਿਸੀਲਦਾਰ ਆ ਮਿਲ ਕੇ ਖਾ ਗੇ ਪਹਾੜ ਦਾ ਪਹਾੜ ਖਾ ਗੇ ਉਹ ਕਿਵੇਂ ਜੰਗਲ ਦਾ ਜੰਗਲ ਖਾ ਗੇ ਬੜਾ ਜਿਹੜੀ ਉਹ ਜ਼ਮੀਨ ਸਰਕਾਰੀ ਆ ਉਹ ਇਹਨਾਂ ਨੇ ਆਪਦੇ ਨਿੱਜੀ ਮਿੱਤਰਾਂ ਬੇਲੀਆਂ ਦੇ ਨਾਂ ਦੇ ਉੱਤੇ ਇੰਤਕਾਲ ਕਰਤੇ ਪਟਵਾਰੀਆਂ ਨੇ ਆਪੇ ਤਹਿਸੀਲਦਾਰਾਂ ਨੇ ਉਸ ਤੋਂ ਬਾਅਦ ਉਹ ਜ਼ਮੀਨ ਆ ਜਿਹੜੀ ਉਹ 2-2 ਲੱਖ ਰੁਪਏ ਦੇ ਚ 2-2 ਲੱਖ ਰੁਪਏ ਦੇ ਵਿੱਚ ਹੋਟਲਾਂਆਂ ਨੂੰ ਵੱਡੇ-ਵੱਡੇ ਕਾਰਖਾਨੇਦਾਰਾਂ ਨੂੰ ਵੱਡੇ-ਵੱਡੇ ਉਦਯੋਗਪਤਾਂ ਨੂੰ ਵੇਚਤੀ ਅੱਛਾ ਉਹਨਾਂ ਨੂੰ ਵੀ ਅੱਗੋਂ ਸਸਤੀ ਮਿਲ ਰਹੀ ਸੀ ਕਿਸੇ ਨੇ 50 ਏਕੜ ਜ਼ਮੀਨ ਲੈ ਲਈ ਕਿਸੇ ਨੇ 200 ਏਕੜ ਲੈ ਲਈ ਕਿਸੇ ਨੇ 100 ਏਕੜ ਲੈ ਲਈ ਹੁਣ ਵਿਚਲੀ ਗੱਲ ਖੁੱਲ ਕੇ ਸਾਹਮਣੇ ਆਈ ਆ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਵੀ ਰਹਿੰਦੇ ਆ ਆਪਾਂ ਤਾਂ ਕਦੇ ਵੀ ਬਿਹਾਰ ਦੇ ਵਾਲੀ ਚਾਰਾ ਖਾ ਕੇ ਮਸ਼ਹੂਰ ਹੋ ਗਏ ਇਧਰ ਪਹਾੜ ਖਾ ਗਏ ਆ ਇਹ ਕਹਿੰਦੇ ਅਸੀਂ ਕੁਝ ਵੱਡਾ ਕਰਾਂਗੇ ਹਾਲੇ ਪਟਵਾਰੀ ਆ ਹਾਂ ਹਾਲੇ ਤਹਿਸੀਲਦਾਰ ਆ ਜੇ ਕਿਤੇ ਮੌਕਾ ਮਿਲੇ ਪਤਾ ਨਹੀਂ ਕੀ ਖਾ ਜਾਣ ਨਹੀਂ ਬਿਲਕੁਲ ਸਹੀ ਗੱਲ ਆ ਉਹ ਕਹਿੰਦੇ ਵੀ ਉਹਨਾਂ ਨੇ ਚਾਰਾ ਖਾਦਾ ਛੋਟੀ ਮੋਟੀ ਚੀਜ਼ ਆ ਅਸੀਂ ਪਹਾੜ ਖਾਵਾਂਗੇ ਅਸੀਂ ਥੋੜਾ ਵੱਡਾ ਨਾ ਬਣਾਵਾਂਗੇ ਆਪਣਾ ਸੋ ਬਣਾਉਣ 'ਚ ਕਾਮਯਾਬ ਹੋ ਗਏ ਹੁਣ ਕਹਿੰਦੇ ਜੀ ਇਸ ਮਾਮਲੇ ਦੀ ਸ਼ੁਰੂ ਹੋਗੀ ਪੜਤਾਲ ਪੜਤਾਲ ਪਤਾ ਨਹੀਂ ਵੈਸੇ ਕਦੋਂ ਹੋਣੀ ਆ ਪਰ ਕਹਿੰਦੇ ਪੜਤਾਲ ਦੇ ਵਿੱਚੋਂ ਕੁਝ ਕੁ ਜ਼ਮੀਨ ਤਾਂ ਵਾਪਸ ਆ ਜਿਹੜੀ ਉਹ ਵਣ ਵਿਭਾਗ ਦੇ ਨਾਂ ਦੇ ਉੱਤੇ ਹੋ ਗਈ ਆ ਤੇ ਹਾਲੇ ਕਹਿੰਦੇ ਆ ਵੀ ਇਹ ਸੈਂਕੜੇ ਏਕੜ ਜ਼ਮੀਨ ਆ ਜਿਹੜੀ ਉਹ ਬਾਕੀ ਆ ਆਪਣੇ ਨ ਦੇਖੋ ਇਹਨਾਂ ਲੋਕਾਂ ਨੂੰ ਡਰ ਕਿਸੇ ਚੀਜ਼ ਦਾ ਨਹੀਂ ਵੀ ਅਸੀਂ ਇੱਕ ਦਿਨ ਇੱਕ ਦਿਨ ਫੜੇ ਜਾਣਾ ਇਹਨਾਂ ਨੇ ਆਹ ਕਰਤੂਤ ਕੀਤੀ ਆ ਹਾਂ ਤੁਹਾਨੂੰ ਚੇਤਾ ਨਹੀਂ ਆਇਆ ਗੁਰਪ੍ਰੀਤ ਕੁੱਗੀ ਹੋਰਾਂ ਦਾ ਇੱਕ ਜਿਹੜਾ ਕਹੋ ਰੋਲ ਸੀਗਾ ਇੱਕ ਕਿਰਦਾਰ ਸੀ ਉਹਨਾਂ ਦਾ ਜਿਹਦੇ ਚੋਂ ਪਟਵਾਰੀ ਬਣੇ ਸੀ ਇੱਕ ਸੌਨ ਦੇ ਵਿੱਚ ਉਹਦੇ ਚ ਉਹਨਾਂ ਨੇ ਕਿਹਾ ਸੀ ਨਾ ਹਾਲਾਂਕਿ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਬਹੁਤ ਸਾਰੇ ਇਮਾਨਦਾਰ ਵੀ ਬੈਠੇ ਨੇ ਪਰ ਉਹਦੇ ਚ ਉਹ ਭਾਈ ਸਾਹਿਬ ਸਾਫ਼ ਕਹਿੰਦੇ ਨੇ ਵੀ ਅਸੀਂ ਪਟਵਾਰੀ ਹੁੰਨੇ ਆ ਸਾਡੇ ਖੇਤਰ ਚ ਘੁੱਗੀ ਕੂ ਨਹੀਂ ਕਰ ਸਕਦੇ ਤੇ ਚੜੀ ਚੂ ਨਹੀਂ ਕਰ ਸਕਦੇ ਹਾਂ ਦੇਖੋ ਮੇਰੇ ਨਾਲ ਇੱਕ ਮਿੱਤਰ ਨੇ ਗੁਰਮੀਤ ਸਿੰਘ ਪਟਵਾਰੀ ਫਿਰ ਉਹ ਕੰਗੋ ਬਣ ਕੇ ਸੇਵਾਮੁਕਤ ਹੋ ਗਏ ਫਰੀਦਕੋਟ ਤੋਂ ਉਹਨਾਂ ਨੇ ਮੈਨੂੰ ਬਹੁਤ ਵਾਰੀ ਗੱਲਾਂ ਦੱਸੀਆਂ ਵੀ ਪਟਵਾਰੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਜੇ ਪਟਵਾਰੀ ਕਰਨਾ ਚਾਹਵੇ ਤਾਂ ਇਉਂ ਵੀ ਕਰ ਦਿੰਦਾ ਇੱਕ ਲਕੀਰ ਮਾਰ ਕੇ ਪਰ ਜੇਕਰ ਨਾ ਚਾਵੇ ਤੇ ਬੰਦਾ ਇਮਾਨਦਾਰ ਹੋਵੇ ਤਾਂ ਫਿਰ ਇਹ ਨਹੀਂ ਵੀ ਕਿਸੇ ਦੀ 1 ਇੰਚ ਜ਼ਮੀਨ ਇਧਰੋਂ ਇਧਰ ਹੋ ਜੂ ਤੇ ਇਧਰੋਂ ਉਧਰ ਹੋ ਜੂ ਵਟ ਨਹੀਂ ਘੜਨਦਾ ਪਟਵਾਰੀ ਜੇਕਰ ਆਪਦੀ ਆਈ ਤੇ ਆ ਜੇ ਪਰ ਪਟਵਾਰੀਆਂ ਦਾ ਆ ਕਸਾ ਪੜ ਕੇ ਨਾ ਤੇ ਮੈਂ ਸੱਚੀ ਮੁੱੱਚੀ ਹੈਰਾਨ ਹੋ ਗਿਆ ਨਹੀਂ ਟਾਣਾ ਸਾਹਿਬ ਇਸ ਮੁਲਕ ਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਤੇ ਕਦੇ ਵੀ ਹੋ ਸਕਦਾ ਹੈ ਇਹਦੇ ਬਾਬਤ ਤਾਂ ਕੋਈ ਨਾ ਮੈਨੂੰ ਲੱਗਦਾ ਹੁਣ ਹੈਰਾਨ ਵੀ ਨਹੀਂ ਹੋਣਾ ਚਾਹੀਦਾ ਹੁਣ ਤਾਂ ਇਹ ਹੋਣਾ ਚਾਹੀਦਾ ਵੀ ਅੱਛਾ ਆ ਵੀ ਪਤਾ ਲੱਗ ਗਿਆ ਆ ਵੀ ਪਤਾ ਲੱਗ ਗਿਆ ਹੁਣ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਅੰਦਰ ਖਾਤੇ ਕੀ ਕੀ ਚੱਲਦੀ ਜਾਂਦਾ ਦੇਖ ਕੇ ਤੁਸੀਂ ਕਹਿ ਲਓ ਵੀ ਸਾਨੂੰ ਰੇਤਾਂ ਦੀਆਂ ਖੱਡਾਂ ਬਾਰੇ ਨਹੀਂ ਪਤਾ ਲੱਗਿਆ ਸਾਨੂੰ ਹੋਰ ਜਿਹੜੇ ਮਾਫੀਆ ਉਹਨਾਂ ਬਾਰੇ ਨਹੀਂ ਪਤਾ ਲੱਗਿਆ ਹੋਰ ਕੀ ਕੀ ਇੱਥੇ ਚੱਲ ਰਿਹਾ ਸਾਨੂੰ ਉਹਦੇ ਬਾਰੇ ਨਹੀਂ ਪਤਾ ਲੱਗਿਆ ਆ ਤਾਂ ਪਤਾ ਨਹੀਂ ਕਿਹੜੀ ਮਾੜੀ ਘੜੀ ਨੂੰ ਖਬਰ ਜਿਹੜੀ ਆ ਖੁੱਲ ਕੇ ਬਾਹਰ ਆ ਗਈ ਨਹੀਂ ਤਾਂ ਇਹ ਤਾਂ ਪ ਕੋਣ ਆ ਗਿਆ ਜੰਗਲਾਂ ਬੇਲਿਆਂ ਵਾਲਾ ਸੀ ਜੀ ਉਹ ਕਿਹੋ ਜਿਹੇ ਹਾਲਾਤ ਦੇ ਵਿੱਚ ਲਿਆਂਦਾ ਅਸੀਂ ਆਪਾਂ ਨੂੰ ਪਤਾ ਹੂੰ ਪਰ ਜਿਹੜਾ ਮਾੜਾ ਮੋਟਾ ਕਿਤੇ ਦਰਖਤ ਖੜਾ ਉਹਦੇ ਬਾਬਤ ਵੀ ਖਬਰਾਂ ਇਹ ਆਉਂਦੀਆਂ ਵੀ ਬਸ ਉਹ ਵੀ ਗਿਆ ਜੀ ਸਾਡੇ ਆਂਢ ਗੁਆਂਢ ਤੇ ਸੂਬਿਆਂ ਦੇ ਵਿੱਚੋਂ ਵੀ ਗਿਆ ਹੂੰ ਮੈਂ ਨਾ ਵੀ ਹੈਰਾਨ ਹੀ ਹੋ ਗਿਆ ਮੈਂ ਵੀ ਪੰਜਾਬ ਦਾ ਬਣੂਗਾ ਕੀ ਆਉਂਦੇ ਸਮੇਂ ਦੇ ਵਿੱਚ ਕਿਹੜੀ ਅਸੀਂ ਬੱਲੇ ਬੱਲੇ ਨੂੰ ਪਾਏ ਆ ਪਤਾ ਨਹੀਂ ਪੰਜਾਬ ਦੇ ਵਿੱਚ ਪਾਣੀ ਅਸੀਂ ਛੱਡਿਆ ਨਹੀਂ ਇਹ 20 ਰੁਪਏ ਲੀਟਰ ਬੋਤਲ ਮਿਲਦੀ ਹੈ ਹੂੰ ਆਕਸੀਜਨ ਦੇ ਸਿਲੰਡਰ ਅਸੀਂ ਪਿੱਠਾਂ ਦੇ ਉੱਤੇ ਟੰਗਣ ਨੂੰ ਫਿਰਦੇ ਆਂ ਦਰਖਤ ਅਸੀਂ ਛੱਡਿਆ ਕੋਈ ਨਹੀਂ ਕੁਦਰਤੀ ਸੋਮੇ ਅਸੀਂ ਸਾਰੇ ਨਸ਼ਟ ਕਰਤੇ ਆਂ ਰੇਤਾ ਹੁਣ ਕਣਕ ਦੇ ਭਾਗਿਕ ਦੀ ਐ ਜੇ ਅਸੀਂ ਗੱਲ ਕਰਨੇ ਬਜਰੀ ਦੀ ਜਾਂ ਹੋਰ ਚੀਜ਼ਾਂ ਦੀ ਉਹ ਸਾਰੀਆਂ ਨੀਆਂ ਸਾਰੀਆਂ ਅਸੀਂ ਜਿਹੜੀਆਂ ਉਹ ਖੱਡਾਂ ਜਾਂ ਜਿੱਥੇ-ਜਿੱਥੇ ਵੀ ਉਹ ਚੀਜ਼ਾਂ ਮਿਲਦੀਆਂ ਉਹ ਬਰਬਾਦ ਕਰਤੀਆਂ ਪੰਜਾਬ ਜਾਊਗਾ ਕਿੱਥੇ ਬਿਲਕੁਲ ਸਹੀ ਤੁਹਾਡ ਅਗਲੀਆਂ ਖਬਰਾਂ ਵਾਲ ਵਧਿਏ ਬਿਲਕੁਲ ਜੀ ਅਗਲੀਆਂ ਖਬਰਾਂ ਵਾਲ ਤਾਂ ਵਧਦੇ ਆਂ ਆ ਮੰਨ ਦੇ ਸਵਾਦ ਜੀ ਦੀ ਇਹ ਨਾ ਗੱਲ ਨਸ਼ਰ ਕਰਨ ਨੂੰ ਜੀ ਕਰਦਾ ਕੀ ਇੱਥੇ ਪਾਈਆਂ ਹੁਣ ਮੂੰਗਫਲੀਆਂ ਇੱਥੇ ਹੁਣ ਰਿਓੜੀਆਂ ਗੱਟਕ ਹੋਵੇ ਖਾਂਦੇ ਖਾਂਦੇ ਨਾ ਗੱਲਾਂ ਕਰਗੇ ਤਾਂ ਗੱਲ ਹੀ ਬਣ ਜੇ ਆਪਾਂ ਲੋਹੜੀ ਤੇ ਆਏ ਨਹੀਂ ਲੋਹੜੀ ਤਾਂ ਤਾਂ ਨਹੀਂ ਆਏ ਉਹ ਤਾਂ ਲੋੜਾ ਹੀ ਆਇਆ ਪਿਆ ਪੂਰੇ ਪੰਜਾਬ ਦੇ ਵਿੱਚ ਵੀ ਭਾਈ ਕੀ ਤੋਂ ਕੀ ਬਣ ਗਿਆ ਪੰਜਾਬ ਦਾ ਪਰ ਉਹਦਾ ਜੀ ਕਰਦਾ ਵੀ ਨਾ ਆਹ ਹੋਵੇ ਨਾ ਬਾਹਰ ਠੰਡ ਜੀ ਹੈ ਬਸ ਐ ਉਹ ਉੱਤੇ ਕੁਜੀ ਜੀ ਰੱਖੀ ਹੋਵੇ ਆਹ ਅਗਰ ਮੈਂ ਅਗਰ ਮੂੰਗਫਲੀ ਜੀ ਹੋਵੇ ਗੱਲ ਹੀ ਬਣ ਜੇ ਤਾਣਾ ਸਾਹਿਬ ਤੁਹਾਡੇ ਸ਼ੌਂਕ ਪੜਿਆ ਵੱਲੇ ਨੇ ਵੈਸੇ ਅਸੀਂ ਇੱਥੇ ਪੂਰੇ ਕਰ ਨਹੀਂ ਸਕਦੇ ਉਹ ਪਰ ਕੋਸ਼ਿਸ਼ ਕਰਾਂਗੇ ਮਾਰੇ ਹੰਬੜਾ ਕੀ ਪਤਾ ਹੁੰਦਾ ਨਿੱਕੇ ਨਿੱਕੇ ਸ਼ੌਕ ਆ ਮੇਰੇ ਨਿੱਕੇ ਨਿੱਕੇ ਖੁਸ਼ੀਆਂ ਅੱਛਾ ਜੀ ਨਿੱਕੇ ਨਿੱਕੇ ਚਾਹ ਮੇਰੇ ਨਿੱਕੇ ਨਿੱਕੇ ਮਲਾਰ ਹੂੰ ਜਿਵੇਂ ਨਿੱਤ ਤੇ ਤੁਸੀਂ ਸ਼ੌਂਕ ਮੈਨੂੰ ਗਣਾਉਨੇ ਹੋ ਨਾ ਇਸ ਹਿਸਾਬ ਨਾਲ ਤਾਂ ਤਨਖਾਹ ਤੁਹਾਡੇ ਖਾਤੇ 'ਚ ਪਵਾ ਦਿਆ ਕਰਾਂ ਦੇਖ ਲਓ ਮੈਨੂੰ ਕੋਈ ਇਤਰਾਜ਼ ਨਹੀਂ ਆਪਾਂ ਖਬਰਾਂ ਸਾਂਝੀਆਂ ਕਰਨਾ ਐਸੀ ਬੂਫਲੀਆਂ ਰਿਓੜੀਆਂ ਨਹੀਂ ਤੇ ਅੱਗੇ ਵਧੋ ਹੁਣ ਵਧੋ ਸਮਰਾਲੇ ਦਾ ਇੱਕ ਗਰੋਹ ਫੜਿਆ ਗਿਆ ਜਿਹਦੇ ਬਾਰੇ ਤੁਸੀਂ ਮੈਨੂੰ ਦੱਸ ਰਹੇ ਸੀ ਹਾਂ ਤੇ ਦੱਸੋ ਫੇਰ ਤੁਸੀਂ ਨਹੀਂ ਦੱਸਣਾ ਨਾ ਨਾ ਸਮਰਾਲੇ ਦੇ ਵਿੱਚ ਕਦੇ ਵੀ ਨਾ ਜਿਹੜੇ ਗਹਿਣੇ ਲੁੱਟਣ ਵਾਲਾ ਔਰਤਾਂ ਦੇ ਗਹਿਣੇ ਲੁੱਟਣ ਵਾਲਾ ਇੱਕ ਗਰੋਹ ਪੁਲਿਸ ਨੇ ਕਾਬੂ ਕੀਤਾ ਗਹਿਣੇ ਔਰਤਾਂ ਹੀ ਪਾਉਂਦੀਆਂ ਨੇ ਤੇ ਬੰਦਿਆਂ ਦੀ ਜ਼ਮੀਨ ਗਹਿਣੇ ਹੋ ਜਾਂਦੀ ਔਰਤਾਂ ਨੂੰ ਗਹਿਣੇ ਲੈ ਕੇ ਦਿੰਦੇ ਐਡੀ ਵੀ ਕੋਈ ਗੱਲ ਨਹੀਂ ਐਡੀ ਹੁੰਦੀ ਆ ਉਹ ਘਰ ਬੱਕਰੀ ਅੱਜ ਦੇ ਦੌਰ ਦੇ ਵਿੱਚ ਕੁਝ ਇੱਕ ਬੰਦਿਆਂ ਨੂੰ ਵੀ ਵੱਖੋ ਵੱਖਰੇ ਸ਼ੌਂਕ ਨੇ ਕੋਈ ਇੱਥੋਂ ਕੁ ਬਣਾਈ ਫਿਰਦਾ ਕੋਈ ਇੱਥੋਂ ਕੋਈ ਇੱਥੋਂ ਕੋਈ ਕਿੱਥੋਂ ਮਤਲਬ ਫਿਰ ਵੀ ਪਰ ਗਹਿਣੇ ਜਿਹੜੇ ਤੁਸੀਂ ਬੋਬ ਕੱਟ ਕਰ ਲਓ ਕੋਈ ਇਤਰਾਜ਼ ਨਹੀਂ ਮੈਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਆ ਮੈਂ ਤਾਂ ਆਪਣੀ ਗੱਲ ਦੀ ਸਫਾਈ ਦੇ ਰਹੀਆਂ ਵੀ ਜਿਹੜੇ ਬਹੁਤਾਤ ਚ ਗੈਣੇ ਉਹ ਬੀਬੀਆਂ ਹੀ ਪਾਉਂਦੀਆਂ ਨੇ ਇਹ ਗੱਲ ਦੱਸਾਂ ਸਫਾਈ ਗੱਲ ਦੀ ਹੁੰਦੀ ਹੈ ਵੈਸੇ ਦਿਵਾਲੀ ਤੇ ਹੁੰਦੀ ਹੈ ਜਿਹੜੀ ਤੁਸੀਂ ਚੰਗੀ ਤਰ੍ਹਾਂ ਕਰਦੇ ਹੋ ਪਰ ਦੂਜੀ ਗੱਲ ਵੀ ਆ ਹੋਰ ਵੀ ਹੁੰਦੀ ਹੈ ਚੁੱਪ ਹਾਂ ਦੂਜੀ ਗੱਲ ਇਹ ਹੈਗੀ ਆ ਵੀ ਇਹਨਾਂ ਸਮਰਾਲੇ ਦੇ ਵੱਲ ਇਹ ਔਰਤਾਂ ਨੇ ਇੱਕ ਗਰੁੱਪ ਆ ਗਰੁੱਪ ਬਣਾਇਆ ਹੋਇਆ ਉਹਨਾਂ ਗੈਣੇ ਝਪਟ ਕੇ ਤੇ ਫਰਰ ਹੋ ਜਾਂਦੀਆਂ ਇੱਕ ਉੱਥੇ 65 ਸਾਲ ਦੀ ਮਾਤਾ ਜੀ ਹੈ ਜਿਹੜੇ ਉਹ ਆਪਣੇ ਪੇਕੇ ਪਿੰਡ ਦੇ ਵਿੱਚੋਂ ਵਾਪਸ ਆਉਣਾ ਚਾਹੁੰਦੇ ਸੀਗੇ ਉਹ ਖੜੇ ਬੱਸ ਅਡੇ ਦੇ ਉੱਤੇ ਔਰਤਾਂ ਨੇ ਕਿਹਾ ਜੀ ਬੇਬੇ ਤੂੰ ਕਿੱਥੇ ਜਾਣਾ? ਕਾਰ ਦੇ ਵਿੱਚ ਬੱਠੀਆਂ ਨੇ। ਉਹ ਕਹਿੰਦੀ ਪੁੱਤ ਮੈਂ ਤਾਂ ਉਧਰ ਨੂੰ ਜਾਣਾ। ਹੂੰ। ਉਹ ਕਹਿੰਦੀਆਂ ਵੀ ਅਸੀਂ ਵੀ ਉਧਰਲੇ ਪਾਸੇ ਨੂੰ ਜਾਣਾ। ਲਓ ਬੇਬੇ ਨਾਲ ਬਹਾਲੀ। ਜਦੋਂ ਰਾਹ ਦੇ ਵਿੱਚ ਗਈਆਂ ਸੁੰਨਸਾਂ ਜੀ ਥਾਂ ਆਈ। ਇੱਕ ਬੰਦਾ ਚਲਾ ਰਿਹਾ ਕਾਰ। ਇੱਕ ਔਰਤ ਮੂਰੇ ਬੈਠੀ ਆ। ਦੋ ਮਗਰ ਬੈਠੀਆਂ। ਸਾਰਿਆਂ ਨੇ ਮਾਸਕ ਪਾਏ। ਮੈਨੂੰ ਤਾਂ ਬੇਬੇ ਦੀ ਗਲਤੀ ਆ ਵੀ ਜਦੋਂ ਮਾਸਕ ਪਾਏ ਜਾਣਦੀਆਂ ਹੈ ਨਹੀਂ ਤਾਂ ਬੈਠੇ ਕਿਉਂ? ਬਿਲਕੁਲ। ਲਓ ਜੀ ਰਾਹ ਦੇ ਵਿੱਚ ਉਹਨਾਂ ਨੇ ਇੱਕ ਬੇਬੇ ਦਾ ਕਾਂਡਾ ਲਾ ਲਿਆ। ਹਾਂ। ਬੇਬੇ ਨੂੰ ਪਤਾ ਨਹੀਂ ਲੱਗਾ। ਪਰ ਜਦੋਂ ਦੂਜੇ ਕਾਂਟੇ ਨੂੰ ਹੱਥ ਪਾਇਆ ਬੇਬੇ ਨੂੰ ਲੱਗ ਗਿਆ ਪਤਾ ਵੀ ਮੇਰੇ ਨਾਲ ਵਰਤਣਾ ਕੀ ਹੈ ਹੁਣ ਕੀ ਵਾਪਰੂਗਾ ਬੇਬੇ ਨੇ ਚਲਦੀ ਕਾਰ ਤੋਂ ਛਾਲ ਮਾਰਤੀ ਹਾ ਫਿਰ ਬਚ ਗਈ ਸ਼ੁਕਰ ਹੈ ਟਾਂਟਾ ਵੀ ਬਚ ਗਿਆ ਹੈ ਹਾਂਜੀ ਇੱਕ ਤਾਂ ਗਿਆ ਹਾਂਜੀ ਪਰ ਇੱਕ ਬਚ ਗਿਆ ਨਹੀਂ ਪਰ ਸੱਟਾਂ ਸੁੱਟਾਂ ਤਾਂ ਨਹੀਂ ਲੱਗੀਆਂ ਸੱਟਾਂ ਤਾਂ ਵੀ ਬਚ ਗਈ ਕਿਉਂਕਿ ਮੋੜ ਜਾ ਆਇਆ ਸੀਗਾ ਉੱਥੇ ਉਹਨੇ ਹੌਲੀ ਕੀਤੀ ਹੂੰ ਤੇ ਬੇਬੇ ਰਜਨੀ ਕਾਂਤ ਵਾ ਬੇਬੇ ਬੜੀ ਮਿਠੀ ਚੱਕਰਵੜਤੀ ਹਾਂ ਮਤਲਬ ਕਹਿਣ ਦਾ ਭਾਈ ਇਹ ਆ ਵੀ ਲੋਕ ਤਾਂ ਹੱਥ ਦੇ ਉੱਤੇ ਹੱਥ ਮਾਰਦੇ ਫਿਰਦੇ ਆ ਜਿਹੜੇ ਵੀ ਭੈਣਾ ਵੀਰ ਭਾਰਤ ਦੇ ਵਿੱਚ ਆਉਂਦੇ ਆ ਜਾਂ ਆਉਣਗੇ ਜਾਂ ਆਏ ਹੋਏ ਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਐ ਕਿਸੇ ਦੇ ਉੱਤੇ ਭਰੋਸਾ ਨਹੀਂ ਕਰਨਾ ਅੱਜ ਕੱਲ ਤਾਂ ਵੈਸੇ ਵੀ ਜੇ ਤੁਸੀਂ ਚੀਜ਼ ਨਾ ਲੈ ਕੇ ਆਓ ਤੇ ਬੰਦਾ ਬੁਲਾਉਂਦਾ ਹੀ ਨਹੀਂ ਬਿਲਕੁਲ ਸਹੀ ਆ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਟਾਣਾ ਸਾਹਿਬ ਇੱਕ ਜਾਣਕਾਰ ਸਾਡੇ ਉਹ ਕਹਿੰਦੇ ਵੀ ਮੈਂ ਜਦੋਂ ਵੀ ਬਾਹਰੋਂ ਆਉਣਾ ਨਾ ਤੇ ਮੈਂ ਜੇਕਰ 30 ਦਿਨ ਰਹਿਣਾ ਤਾਂ 29 ਦਿਨ ਟੈਚ ਹੀ ਨਹੀਂ ਖੋਲਦਾ ਅੱਛਾ ਹਾਂ ਕਿਉਂਕਿ ਫਿਰ ਇਸੇ ਬਹਾਨੇ ਜਿਹੜੀ ਆ ਉਹ ਸੇਵਾ ਜੀ ਹੁੰਦੀ ਰਹਿੰਦੀ ਆ ਨਾ ਤੇ ਤੀਵੇਂ ਦਿਨ ਵਿੱਚ ਆਪੜ ਹੀ ਕੱਪੜੇ ਹੁੰਦੇ ਕਿਸੇ ਲਈ ਕੋਈ ਲੈ ਵਾਹ ਮੈਂ ਕਿਤੇ ਚਾਬੀ ਗਵਾ ਬੈਠਾ ਵਾਹ ਸਹੀ ਆ ਨਾ ਵਾਹ ਲੇਟੇ ਜੀ ਉਹ ਨਿਊਟਨ ਨੇ ਮਾਸੀ ਜੀ ਬਲੇਕੇ ਜੇ ਚ ਸੇਵਾ ਸੁਆ ਕਰਾ ਲਈ ਬਹੁਤ ਸੋਹਣੀ ਖੋਜ ਕੀਤੀ ਆ ਦੇਖੋ ਜੀ ਇਹਨਾਂ ਦੀ ਗੱਲ ਦੇ ਉੱਤੇ ਅਮਲ ਕੀਤਾ ਜਾਵੇ ਉਹ ਸੱਚੀ ਕਹਿ ਰਹੀ ਆ ਉਹ ਕਹਿੰਦੇ ਵੀ ਸਾਰਿਆਂ ਨੂੰ ਐ ਲੱਗਦਾ ਵੀ ਹੁਣ ਟੱਚ ਹੀ ਖੁੱਲੂ ਮੇਰੇ ਲਈ ਕੁਛ ਨਾ ਕੁਛ ਜ਼ਰੂਰ ਨਿਕਲੂ ਇਸ ਲਈ ਮੈਂ ਵੱਤ ਤੋਂ ਵੱਤ ਪੁੱਛ ਪ੍ਰਤੀਤ ਕਰਾ ਹਾਂ ਨਾ ਵੱਤ ਤੋਂ ਵੱਤ ਮੱਕੀ ਦੀਆਂ ਰੋਟੀਆਂ ਖਵਾਵਾਂ ਸਾਗ ਖਵਾਵਾਂ ਇਹ ਨਹੀਂ ਪਤਾ ਹੁੰਦਾ ਵਿੱਚ ਕੁਝ ਹੈ ਹੀ ਨਹੀਂ ਹਾਂ ਗੱਲ ਬਿਲਕੁਲ ਸਹੀ ਆ ਲਾਲਚੀ ਹੋਣਾ ਵੀ ਨਹੀਂ ਚਾਹੀਦਾ ਤੇ ਲਾਲਚ ਦੇ ਨਾਲ ਕੰਮ ਵੀ ਨਹੀਂ ਕਰਵਾਉਣੇ ਚਾਹੀਦੇ ਪਰ ਗੱਲ ਇਹ ਵੀ ਸਾਡੀ ਮਾਨਸਿਕਤਾ ਇਹੋ ਜੀ ਬਣ ਗਈ ਆ ਵੀ ਜੇਕਰ ਆਏ ਆ ਤਾਂ ਕੀ ਲੈ ਕੇ ਆਏ ਆ ਜੇ ਚੱਲੇ ਆ ਤਾਂ ਕੀ ਦੇ ਕੇ ਚੱਲੇ ਆ ਬਿਲਕੁ ਬੇਬੇ ਜੀ ਦੀ ਗੱਲ ਵੀ ਆਪਾਂ ਕਰ ਲਈਏ ਜਿਨ੍ਹਾਂ ਦੀ ਗੱਲ ਤੋਂ ਸ਼ੁਰੂ ਹੋਏ ਸੀ ਕਿ ਇਹਨੂੰ ਕਹਿੰਦੇ ਪ੍ਰੈਜ਼ੈਂਸ ਆਫ ਮਾਈਂਡ ਅੱਛਾ ਤੁਹਾਡਾ ਦਿਮਾਗ ਕਿੰਨਾ ਅਚੇਤ ਆ ਕਿ ਸੁਚੇਤ ਆ ਸੁਚੇਤ ਹੁੰਦਾ ਸੁਚੇਤ ਆ ਅਚੇਤ ਵੀ ਆ ਅਚੇਤ ਮਤਲਬ ਅਨਕੌਂਸ਼ੀਅਸ ਹੈ ਨਾ ਵੀ ਕਿੰਨਾ ਅਚੇਤ ਆ ਤੇ ਕਿੰਨਾ ਸੁਚੇਤ ਆ ਵੀ ਤੁਹਾਨੂੰ ਪਤਾ ਵੀ ਕਿਹੜੀ ਸਥਿਤੀ ਦੇ ਵਿੱਚ ਕੀ ਨਿਰਣੇ ਲੈਣਾ ਹੈ ਕੀ ਤੁਸੀਂ ਕਰਨਾ ਹੈ ਫੈਸਲਾ ਕੀ ਫੈਸਲਾ ਕਰਨਾ ਹੈ ਨਾ ਇਹ ਜ਼ਰੂਰੀ ਹੁੰਦਾ ਸੋ ਬੇਬੇ ਜੀ ਨੇ ਵੇਖੋ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਜਿਵੇਂ ਗੱਡੀ ਹੌਲੀ ਹੋਈ ਤੇ ਚੱਲ ਨਹੀਂ ਤਾਂ ਬੇਬੇ ਜੀ ਵਿਚਾਰੇ ਬੈਠੇ ਰਹਿੰਦੇ ਕਹਿੰਦੇ ਛੱਡ ਦੋ ਛੱਡ ਦੋ ਨਾਲ ਆਪਾਂ ਨਾ ਇੱਕ ਪੱਖੀ ਗੱਲ ਨਹੀਂ ਕਰਦੇ ਜੇ ਬੇਬੇ ਜੀ ਦਾ ਕੋਈ ਨੁਕਸਾਨ ਹੋ ਜਾਂਦਾ ਜਿਹੜਾ ਕਿ ਨਹੀਂ ਹੋਇਆ ਤੇ ਨਾ ਹੀ ਹੋਵੇ ਕਦੇ ਚਾਹੁੰਦੇ ਆ ਪਰ ਜੇ ਕਿਤੇ ਬੇਬੇ ਜੀ ਦਾ ਨੁਕਸਾਨ ਹੋ ਜਾਂਦਾ ਸੱਟ ਫੇਟ ਵੱਜ ਜਾਂਦੀ ਲਤਬਾਂ ਟੁੱਟ ਜਾਂਦੀ ਤਾਂ ਫਿਰ ਪਤਾ ਨਹੀਂ ਕਿੰਨੇ ਕਾਂਟੇ ਲੱਗ ਜਾਣੇ ਸੀ ਇਹ ਵੀ ਗੱਲ ਸਹੀ ਹੈ ਟਾਣਾ ਸਾਹਿਬ ਜੱਜ ਦਾ ਵਿਚਾਰ ਟਾਣਾ ਸਾਹਿਬ ਚਿਕਨ ਕਿੰਨਾਕ ਪਸੰਦ ਹੈ ਚੰਗਾ ਮੈਨੂੰ ਵਧੀਆ ਲੱਗਦਾ ਕਿੰਨਕ ਕਾਫੀ ਲੱਗਦਾ ਹੋਰ ਕੀ ਕੀ ਪਸੰਦ ਹੈ ਹੋਰ ਮੈਨੂੰ ਪਾਲਕ ਪਨੀਰ ਬਹੁਤ ਵਧੀਆ ਲੱਗਦਾ ਅੱਛਾ ਜੀ ਪਾਲਕ ਹੋਵੇ ਨਾ ਪਤਲਾ ਜਾ अच्छा। ਘੋਟਿਆ ਹੋਵੇ ਵਧੀਆ ਤਰੀਕੇ ਨਾਲ। ਗੋਭੀ ਵਧੀਆ ਲੱਗਦੀ ਆ। ਅੱਛਾ ਜੀ। ਮਟਰਾਂ ਦੀ ਸਬਜ਼ੀ ਬੰਨੂੰ ਅੱਛੀ ਲੱਗਦੀ ਆ। ਜਿਹੜੇ ਆਲੂ ਮਟਰ ਹੋਣ ਜਾਂ ਪਨੀਰ ਮਟਰ ਹੋਵੇ ਬਹੁਤ ਅੱਛਾ ਲੱਗਦਾ। ਤੁਸੀਂ ਐਂ ਜੇ ਮੂੰਹ ਦਾ ਸਵਾਰਨ ਲੱਗੇ ਹੋ। ਗੱਲ ਮੈਂ ਕਰ ਰਿਆ। ਠੀਕ ਆ ਰੋਟੀ ਹੋਵੇ ਫੁੱਲੀ। ਅੱਛਾ। ਫੁੱਲੀ ਹੋਈ ਰੋਟੀ ਖੁਸ਼ਕ ਪੁਲਕਾ। ਹਾਂ। ਬਹੁਤ ਚੰਗਾ ਲੱਗਦਾ। ਅੱਛਾ ਜੀ। ਰੈਤਾ ਹੋਵੇ ਉਹਦੇ ਵਿੱਚ ਕਦੂਕਸ਼ ਜਾਂ ਕਰਕੇ ਪਾਇਆ ਹੋਵੇ ਖੀਰਾ। ਉਹ ਬੜਾ ਵਧੀਆ ਲੱਗਦਾ। ਅੱਛਾ। ਗਾਜਰ ਵੀ ਕਤਲੇ ਆਮ ਜਾਂ ਕਰਕੇ ਵਿੱਚ ਪਾਈ ਹੋਵੇ। ਅੱਛਾ। ਬੜਾ ਅੱਛਾ ਲੱਗਦਾ ਉਹ। ਹੋਰਸ ਨਾਲੋ ਦੋ ਚਾਰ ਚੀਜ਼ਾਂ ਕੋਸਾ ਪਾਣੀ ਹੋਵੇ ਕੋਈ ਕਹਿੰਦਾ ਗਲ ਖਰਾਬ ਹੋ ਜਾਂਦਾ ਇਹਦਾ ਅੱਛਾ ਜੀ ਹਾਂ ਹੋਰ ਸਵੀਟ ਡਿਸ਼ ਸਵੀਟ ਡਿਸ਼ ਤਾਂ ਕੁਝ ਵੀ ਹੋਵੇ ਇਹਨੂੰ ਮਿੱਠਾ ਕਹਿੰਦਾ ਵੈਸੇ ਪਰ ਉਹ ਮੈਂ ਬੜਾ ਖਾਂਦਾ ਨਹੀਂਗਾ ਆਈਸਕ੍ਰੀਮ ਕਿੱਦਾਂ ਮਤਲਬ ਆਈਸਕ੍ਰੀਮ ਠੀਕ ਹੁੰਦੀ ਆ ਹਾਂ ਹਾਂ ਉਹਦੇ ਚ ਮਿੱਠਾ ਘਟ ਹੁੰਦਾ ਨਾ ਅੱਛਾ ਇਹ ਕਿੱਥੇ ਬਣਦੀ ਆ ਇਹ ਬਸ ਮੰਦੇ ਵਿੱਚ ਆ ਅੱਛਾ ਅੱਛਾ ਨਹੀਂ ਹੋਰ ਸੁਣਾ ਲਓ ਕੋਈ ਨਹੀਂ ਆਪਾਂ ਵੇਲੇ ਹੀ ਆ ਅੱਜ ਆਪਾਂ ਟਾਹਣਾ ਸਾਹਿਬ ਦੀ ਪਸੰਦ ਪ੍ਰੋਗਰਾਮ ਕਰਦੇ ਚਾਹੀਦਾ ਵਿਚਾਰ ਬਾਅਦ ਚ ਕਰ ਲਾਂਗੇ ਸੁਣਾ ਲਓ ਤੁਸੀਂ ਹੋਰ ਸ਼ੁਰੂਆਤ ਕਿ ਨਹੀਂ ਕੀਤੀ ਸੀ ਮੈਂ ਤਾਂ ਪੁੱਛਿਆ ਸੀ ਤੁਹਾਨੂੰ ਤਾਂ ਕੀ ਕੀ ਪੜਾਓ ਹੱਥ ਫੜਦੇ ਹੋ ਤੁਸੀਂ ਮਾੜਾ ਜਿਹਾ ਪੁੱਛਿਆ ਸੀ ਵੀ ਕੀ ਕੀ ਪਸੰਦ ਆ ਇਹ ਥੋੜੀ ਵੀ ਰਹਿਤਾ ਕੱਦੂ ਕਸ ਵਿੱਚ ਗਾਜਰ ਵੀ ਆ ਜੇ ਖੀਰਾ ਵੀ ਜਿੱਦਾਂ ਮੈਂ ਅੱਜ ਡਿਨਰ ਤੇ ਲੈ ਕੇ ਜਾਣਾ ਹੁੰਦਾ ਤੁਹਾਨੂੰ ਨਾਲ ਜਾਓ ਲੈ ਕੇ ਵੀ ਨਹੀਂ ਚੱਲੀ ਸਾਨੂੰ ਸਾਡੀ ਭਿੰਡੀ ਮੁਬਾਰਕ ਗੱਲ ਇਹ ਹੈ ਕਿ ਕਈ ਵਾਰ ਬੰਦੇ ਨੂੰ ਕਈ ਚੀਜ਼ਾਂ ਇੰਨੀਆਂ ਜ਼ਿਆਦਾ ਪਸੰਦ ਹੁੰਦੀਆਂ ਕਿ ਚਾਹੇ ਬੰਦਾ ਮਰਨ ਕੰਡੇ ਪਿਆ ਹੋਵੇ ਉਹਨਾਂ ਦਾ ਨਾਂ ਸੁਣ ਕੇ ਨਾ ਬਚਾਅ ਹੋ ਜਾਂਦਾ ਹੈ ਬਿਲਕੁਲ ਸਹੀ ਗੱਲ ਹੈ ਜਿਵੇਂ ਤਾਈਵਾਨ ਦੇ ਵਿੱਚ ਹੋਇਆ ਜੀ ਲੋ ਜੀ ਤਾਈਵਾਨ ਦੇ ਵਿੱਚ ਇੱਕ ਮੁੰਡਾ ਜਿਹੜਾ ਉਹ ਸੜਕ ਹਾਰਸ ਦੇ ਸ਼ਿਕਾਰ ਹੋ ਗਿਆ ਉਹ ਦਿਮਾਗੀ ਤੌਰ ਦੇ ਉੱਤੇ ਗਵਾਚ ਗਿਆ ਹੂੰ ਜਿਹਨੂੰ ਕਹਿੰਦੇ ਵੀ ਕੋਮਾ ਦੇ ਵਿੱਚ ਚਲਾ ਗਿਆ ਜੀ ਹਸਪਤਾਲ ਦੇ ਵਿੱਚ 68 63 ਦਿਨਾਂ ਤੋਂ ਪਿਆ ਤੱਬਰ ਪਰੇਸ਼ਾਨ ਹੋਣਾ ਕੁਦਰਤੀ ਹੈ ਵੀ ਪਤਾ ਨਹੀਂ ਜ਼ਿੰਦਗੀ ਵਿਚਾਰੇ ਦੀ ਬਚਣੀ ਆ ਕਿ ਨਹੀਂ ਬਚਣੀ ਮਾਪੇ ਅਰਦਾਸਾਂ ਕਰਦੇ ਹੋਣਗੇ ਉੱਥੇ ਵੀ ਲੋ ਜੀ ਇੱਕ ਦਿਨ ਉੱਥੇ ਕੀ ਹੋਇਆ ਵੀ ਜਿਹੜਾ ਉਸ ਮੁੰਡੇ ਦਾ ਭਰਾ ਜਿਹੜਾ ਕੂਮਤ ਗਿਆ ਹੋਇਆ ਉਹ ਕਹਿੰਦਾ ਵੀ ਜੇ ਤੂੰ ਅੱਜ ਤੁਰ ਫਿਰ ਸਕਦਾ ਹੁੰਦਾ ਨਾ ਅੱਜ ਆਪਾਂ ਚਿਕਨ ਫਲੇਟ ਖਾ ਕੇ ਆਉਣਾ ਸੀਗਾ ਕੋਈ ਉਧਰਲਾ ਹੋਊਗਾ ਵੀ ਚਿਕਨ ਕਿਸੇ ਤਰੀਕੇ ਨਾਲ ਬਣਾਉਂਦੇ ਹੋਣੇ ਆ ਲੋ ਜੀ ਐਨੀ ਗੱਲ ਚਿਕਨ ਫਲੇਟ ਖਾਣ ਦੀ ਢੇਰ ਸੀ ਤੇ ਮੁੰਡੇ ਨੇ ਆਖਾ ਖੋਲ ਲਗਾ ਹੈ ਕਿਉਂਕਿ ਚਿਕਨ ਫਲੇਟ ਉਹਦਾ ਸਭ ਤੋਂ ਵੱਧ ਪਸੰਦੀਦਾ ਸੀਗਾ ਉਹ ਚਿਕਨ ਫਲੇਟ ਦੇ ਉੱਤੇ ਮਰਮਰ ਜਾਂਦਾ ਸੀਗਾ ਅੱਛਾ ਜੀ ਲੋ ਜੀ ਉਹਨੇ ਅੱਖਾਂ ਖੋਲ ਲੀਆਂ ਹਾਂ ਹੁਣ ਡਾਕਟਰ ਵੀ ਹੈਰਾਨ ਆ ਵੀ ਇਹ ਇੰਨਾ ਇਸ ਚਿਕਨ ਦੇ ਵਿੱਚ ਗਵਾਚਿਆ ਹੋਇਆ ਸਾਰੇ ਡਾਕਟਰ ਕਹਿੰਦੇ ਵੀ ਸਾਨੂੰ ਵੀ ਦੋ ਪੀਸ ਲਿਆ ਦਿਓ ਦੇਖਿਆ ਤਾਂ ਸਹੀ ਹੈ ਤਾਂ ਸਹੀ ਹੈ ਦੇਖਿਆ ਵੀ ਬੰਦਾ ਕਿਵੇਂ ਉੱਠ ਖੜਦਾ ਵੀ ਐਦਾਂ ਹੁੰਦਾ ਜਿਹੜੇ ਬੰਦੇ ਦਾ ਜਿੱਥੇ ਮਨ ਹੋਵੇ ਨਾ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਸਵਾਦ ਲੱਗਦੀ ਹੋਵੇ ਉਹਦੇ ਲਈ ਕੁਝ ਵੀ ਕਰਦਾ ਨਹੀਂ ਪਰ ਇਹ ਭਾਈ ਸਾਹਿਬ ਨੇ ਤਾਂ ਸਾਡੀਆਂ ਜਿਹੜੀਆਂ ਦੱਖਣ ਭਾਰਤ ਵਾਲੀਆਂ ਫਿਲਮਾਂ ਨਾ ਉਹਨਾਂ ਨੂੰ ਵੀ ਮਾਤ ਪਾਤੀ ਨਹੀਂ ਉਹਦੇ 'ਚ ਤਾਂ ਤੁਸੀਂ ਵੇਖਿਆ ਨਾ ਟਾਣਾ ਸਾਹਿਬ ਕਿਸੇ ਦਾ ਦਿਲ ਜਿਹੜਾ ਉਹ ਬਦਲਣਾ ਹੋਵੇ ਐ ਦੂਰੋਂ ਸੱਟ ਦੇ ਦਿਲ ਜਾ ਕੇ ਸਹੀ ਸਾਹ ਦੇ ਉੱਪਰ ਲਾ ਕੇ ਦਿੰਦਾ ਹੈ ਨਾ ਜਾਂ ਇਹੋ ਹੀ ਹੋ ਜੀਆਂ ਚੀਜ਼ਾਂ ਦਿਖਾਉਂਦੇ ਫਿਲਮਾਂ ਦੇ ਵਿੱਚ ਜਿਹੜੀਆਂ ਮਤਲਬ ਸੋਚ ਕੇ ਬੰਦਨ ਸਮਝ ਨਹੀਂ ਆਉਂਦੀ ਮੈਂ ਹੈਰਾਨ ਹੋਵਾਂ ਖੁ ਕੁਛ ਨਹੀਂ ਪਤਾ ਲੱਗਦਾ ਇਹ ਭਾਈ ਸਾਹਿਬ ਤਾਂ ਉਹਨਾਂ ਨੇ ਵੀ ਮਾਤ ਪਾ ਗਏ ਨਹੀਂ ਉਹ ਤਾਂ ਮਾਤ ਪਾ ਗਏ ਮੈਂ ਫਿਲਮਾਂ ਦੇ ਉੱਤੇ ਯਕੀਨੀ ਨਹੀਂ ਕਰਦਾ ਜੀ ਉਹ ਫਿਲਮਾਂ ਵਾਲੇ ਤਾਂ ਦਿਲ ਦਾ ਪਾਣ ਦਾ ਪਤਾ ਜਾਂ ਕੱਢਣੀ ਫਿਰਨਗੇ ਐਂਜ ਕਰਕੇ ਐਂਜੇ ਫਿਰਦਾ ਹੁੰਦਾ ਬਾਹਰ ਹੁੰਦਾ ਇਹ ਦਿਲ ਬੰਦ ਮੁਠੀ ਵਰਗਾ ਹਾਂ ਕਦੇ ਕਿਸੇ ਨੇ ਆਖਿਆ ਨਹੀਂ ਬੰਦ ਮੁਠੀ ਵਰਗਾ ਦਿਲ ਲੈ ਕੇ ਮੇਰੇ ਭੱਜ ਗਈ ਤੂੰ ਮਟਿਆਰੇ ਨਹੀਂ ਕਹਿੰਦੇ ਬਸ ਮੇਰੇ ਦਿਲ ਲੈ ਕੇ ਤੂੰ ਭੱਜ ਗਈ ਅੱਛਾ ਤੂੰ ਕਿਸੇ ਹੋਰ ਦੇ ਦਿਲ ਵਿੱਚ ਵੜ ਗਈ ਹਾਂ ਬਸ ਐਂ ਕਰ ਹੀ ਜਾਂਦੇ ਆ ਅੱਛਾ ਇਹ ਬੰਦ ਮੁਠੀ ਵਰਗਾ ਹੁੰਦਾ ਡਾਕਟਰਾਂ ਨੇ ਕਿਤਾਬਾਂ ਪੜ੍ਹੋ ਔਰ ਇਹ ਤੇ ਬਿਲਕੁਲ ਐ ਆ ਅੱਛਾ ਐ ਜਿਸ ਸਾਹ ਉਹ ਤੁਸੀਂ ਪੜ ਰਹੇ ਹੋ ਮੇਨ ਲੱਗਦਾ ਛੇਤੀ ਤੁਸੀਂ ਦਿਲ ਦਾ ਕੁਛ ਕਰਨਾ ਕੋਲ ਜਿਹੜੇ ਬਹੁਤ ਬੋਲਦੇ ਆ ਨਾ ਮੈਂ ਮੈਂ ਤੁਹਾਡਾ ਨਾਮ ਲਿਆ ਪਤਾ ਹੁੰਦਾ ਹਰ ਬੰਦੇ ਨੂੰ ਵੀ ਕੌਣ ਜ਼ਿਆਦਾ ਬੋਲਦਾ ਮੇਰਾ ਦਿਲ ਬਿਲਕੁਲ ਠੀਕ ਆ ਕੋਈ ਆਪਰੇਸ਼ਨ ਦੀ ਲੋੜ ਨਹੀਂ ਹਾਂ ਹਾਂ ਆਹ ਸਾਬਾ ਫਿਲਮਾਂ ਦੇ ਗੱਲਾਂ ਤੋਂ ਇੱਕ ਹੋਰ ਗੱਲ ਚੇਤੇ ਆਈ। ਅੱਛਾ ਮੈਂ ਇੱਕ ਖਬਰ ਪੜ੍ਹੀ ਹੈਰਾਨ ਹੀ ਹੋਗੀ। ਅੱਛਾ ਮੈਂ ਕਿਤੇ ਮੈਨੂੰ ਹੁਣ ਛੋਲੇ ਫਿਲਮ ਦੀ ਕਹਾਣੀ ਸੁਣਾਉਂਗੇ। ਓ ਨਹੀਂ ਨਹੀਂ ਮੈਂ ਤੁਹਾਨੂੰ ਜਦੋਂ ਕਹਾਣੀ ਦੱਸੀ ਨਾ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਇਹਦੇ ਉੱਪਰ ਫਿਲਮ ਜ਼ਰੂਰ ਬਣਾਊਗਾ। ਅੱਛਾ ਜੋਧਪੁਰ ਦੀ ਖਬਰ ਆ ਉੱਥੇ ਇੱਕ ਬ੍ਰਿਟਿਸ਼ ਮੂਲ ਦਾ ਵਿਅਕਤੀ। ਉਹ ਕਹਿੰਦੇ ਵੀ ਉਹ ਵਿਚਾਰਾ ਕਿਤੇ ਘੁੰਮਣ ਫਿਰਨ ਆਇਆ ਹੋਣਾ ਹਨਾ। ਉਹਨੂੰ ਕੀ ਹੋਇਆ ਵੀ ਜਦੋਂ ਆਇਆ ਤੇ ਉਹਨੂੰ ਡੇਂਗੂ ਤੇ ਮਲੇਰੀਆ ਇਕੱਠਾ ਹੋ ਗਿਆ। ਡੇਂਗੂ ਤੇ ਮਲੇਰੀਆ ਇਕੱਠੇ ਹੀ ਹੋ ਗਿਆ। ਹਾਂ ਉਸ ਤੋਂ ਬਾਅਦ ਚਲੋ ਹੌਲੀ ਮਾੜੀ ਗੱਲ ਆ ਡਾਕਟਰ ਨੇ ਇਲਾਜ ਕੀਤਾ ਬੰਦਾ ਠੀਕ ਹੋ ਗਿਆ ਮਾੜੀ ਚੰਗੀ ਗੱਲ ਆ ਕੋਬਰਾ ਸੱਪ ਲੜ ਗਿਆ ਫੇਰ ਬਹੁਤ ਹੀ ਮਾੜੀ ਗੱਲ ਆ ਤੇ ਹੁਣ ਉਹ ਕਹਿੰਦੇ ਡਾਕਟਰਾਂ ਨੇ ਇਲਾਜ ਕੀਤਾ ਬੰਦਾ ਫੇਰ ਠੀਕ ਹੋ ਗਿਆ ਇਹ ਤਾਂ ਬੜੀ ਵਧੀਆ ਗੱਲ ਆ ਨਾ ਤੁਸੀਂ ਇਹ ਦੱਸੋ ਵੀ ਖਬਰ ਸਾਂਝੀ ਕਰ ਰਹੇ ਆਂ ਤੁਹਾਨੂੰ ਉਹਦੇ ਬਚਣ ਦਾ ਦੁੱਖ ਆ ਜਾ ਤੁਹਾਨੂੰ ਬਚਣ ਦੀ ਖੁਸ਼ੀ ਬਾਲੀ ਆ ਨਹੀਂ ਨਹੀਂ ਮੈਂ ਤਾਂ ਇਹ ਕਹਿੰਦੀ ਆ ਵੀ ਤੁਸੀਂ ਵੇਖੋ ਜਿਹਦੀ ਵਧੀ ਹੁੰਦੀ ਆ ਨਾ ਉਹ ਵਾਕਈ ਜਿਹੜਾ ਆਪਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਭੈਣੇ ਵਧੀ ਦਾ ਢੋ ਮੇਲੇ ਉਹ ਉਹ ਵਾਲੀ ਗੱਲ ਸੱਚੀ ਸਾਬਤ ਹੋਈ ਐ ਵੀ ਇੰਨੀਆਂ ਮੁਸ਼ਕਲਾਂ ਇੰਨੀਆਂ ਬਿਮਾਰੀਆਂ ਉਹ ਵੀ ਖਤਰਨਾਕ ਤੋਂ ਖਤਰਨਾਕ ਹੈ ਨਾ ਤਾਂ ਵੀ ਬੰਦਾ ਉਹਨਾਂ ਨਾਲ ਜੂਝ ਗਿਆ ਤਾਂ ਵੀ ਬੰਦਾ ਉਹਨਾਂ ਨਾਲ ਲੜ ਗਿਆ ਤੇ ਦੇਖੋ ਅੱਜ ਬਿਲਕੁਲ ਤੰਦਰੁਸਤ ਨਾ ਦੇਖੋ ਬੜੀ ਚੰਗੀ ਗੱਲ ਆ ਜਿਹੜੇ ਵੀ ਲੋਕ ਨਾ ਜਜ਼ਬੇ ਦੇ ਪੱਕੇ ਆ ਜਿਹੜੇ ਅੰਦਰੋਂ ਮਜ਼ਬੂਤ ਆ ਜਿਹੜੇ ਰੋਗ ਦੇ ਉੱਤੇ ਭਾਰੂ ਪੇਜ ਦਿੰਦੇ ਆ ਉਹਨਾਂ ਦੀ ਜ਼ਿੰਦਗੀ ਕਈ ਵਾਰ ਬਚ ਵੀ ਜਾਂ ਵੇ ਬਦਦਾ ਕੋਈ ਮੈਨੂੰ ਤਾਂ ਹੁਣ ਜਵਾਬ ਮਿਲ ਹੀ ਜਾਣਾ ਜੀ ਉਹਦਾ ਕੰਮ ਔਖਾ ਹੋ ਜਾਂਦਾ ਇਸ ਕਰਕੇ ਮੁਸ਼ਕਲ ਹਾਲਾਤ ਦੇ ਨਾਲ ਝੂਜਣਾ ਚਾਹੀਦਾ ਮੈਂ ਤਾਂ ਹੁਣੇ-ਹੁਣੇ ਇਸ ਪੜਾਅ ਦੇ ਵਿੱਚੋਂ ਨਿਕਲ ਕੇ ਆਇਆ ਤੇ ਜਿਹੜੇ ਵੀ ਭੈਣਾ ਵੀਰ ਇਸ ਤੋਂ ਪਹਿਲਾਂ ਜਾਂ ਜਿਹੜੇ ਇਸ ਵਕਤ ਝੂਜ ਰਹੇ ਆ ਉਹ ਸਾਰੇ ਦੇ ਸਾਰੇ ਤੰਦਰੁਸਤ ਹੋਣ ਆਪੋ ਆਪਣੇ ਘਰਾਂ ਦੇ ਵਿੱਚ ਆਉਣ ਇਹਦੀ ਅਸੀਂ ਕਾਮਨਾ ਕਰਦੇ ਹਾਂ ਨਾਲੇ ਟੈਣਾ ਸਾਹਿਬ ਮੈਨੂੰ ਇਹ ਲੱਗਦਾ ਹੁੰਦਾ ਵੀ ਹਰ ਚੀਜ਼ ਨਾ ਜਿਹੜੀ ਉਹ ਤੁਹਾਡੀ ਵਿਲ ਪਾਵਰ ਦੇ ਉੱਪਰ ਵੀ ਤੁਹਾਡੇ ਅੰਦਰ ਜਿਉਣ ਦੀ ਇੱਛਾ ਕਿੰਨੀ ਆ ਕਿੰਨਾ ਤੁਸੀਂ ਆਪਣੇ ਆਪ ਨੂੰ ਲੈ ਕੇ ਕਹਿ ਲਓ ਵੀ ਇਹ ਸੋਚ ਕੇ ਬੈਠੇ ਹੋ ਵੀ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਹਾਰਨਾ ਨਹੀਂ ਮੈਂ ਜਿੱਤਣਾ ਜ਼ਰੂਰ ਹੈ ਇਸ ਜੰਗ ਨੂੰ ਮੈਂ ਜਿੱਤ ਕੇ ਰਹੂੰਗਾ ਇਹ ਸਾਰਾ ਕੁਝ ਇਹਦੇ ਉੱਪਰ ਨਿਰਭਰ ਕਰਦਾ ਹੈ ਕੋਈ ਬਿਮਾਰੀ ਕੋਈ ਚੀਜ਼ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਜੇਕਰ ਤੁਹਾਡੇ ਅੰਦਰ ਇੱਛਾ ਸ਼ਕਤੀ ਜਿਹੜੀ ਹੈ ਨਾ ਉਹ ਪੂਰੀ ਕਹਿ ਲਓ ਵੀ ਸਿਖਰ ਦੇ ਉੱਪਰ ਹੈ ਵੀ ਮੈਂ ਭਾਈ ਜਿਹੜੀ ਮਰਜ਼ੀ ਬਿਮਾਰੀ ਹੈ ਲੜੂਗਾ ਤੇ ਆਪਣੇ ਆਪ ਨੂੰ ਤੰਦਰੁਸਤ ਕਰੂਗਾ ਬਿਲਕੁਲ ਤੁਹਾਡੀ ਗੱਲ ਸਹੀ ਆ ਤੇ ਬਹੁਤ ਸਾਰੇ ਨਾ ਹਰਮਨਜੀਤ ਸਰੋਤਿਆਂ ਦੇ ਭੈਣਾ ਵੀਰਾਂ ਦੇ ਮੈਨੂੰ ਫੋਨ ਆਉਂਦੇ ਆ ਜੀ ਦਰਸ਼ਕਾਂ ਦੇ ਫੋਨ ਆਉਂਦੇ ਆ ਵੀ ਭਾਈ ਮਾਤਾ ਜੀ ਕਿਵੇਂ ਆ ਮਾਤਾ ਜੀ ਹੁਣ ਤੁਹਾਡੀਆਂ ਦੁਆਵਾਂ ਦੇ ਸਦਕਾ ਠੀਕ ਨੇ ਉਹ ਹੁਣ ਲਗਭਗ 50% ਤੇ ਠੀਕ ਆ 50% ਤੋਂ ਵੱਧ ਹੀ ਠੀਕ ਆ ਹਾਲਾਂਕਿ ਉਹਨਾਂ ਨੂੰ ਤੁਰਨ ਫਿਰਨ ਦੀ ਹਾਲੇ ਸਮੱਸਿਆ ਹੈਗੀ ਆ ਇਹਦੇ ਲਈ ਸਮਾਂ ਲੱਗਣਾ ਤੇ ਪਰ ਤੁਹਾਡੀਆਂ ਜਿਹੜੀਆਂ ਦੁਆਵਾਂ ਉਹ ਰੰਗ ਲੈ ਕੇ ਆਈਆਂ ਤਾਂ ਮੈਂ ਤੁਹਾਡਾ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਦਾ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਵਾਕਈ ਸਾਡਾ ਪਰਿਵਾਰ ਬਣੇ ਹੋ ਤੇ ਤੁਸੀਂ ਬਹੁਤ ਪਿਆਰ ਬਹੁਤ ਅਸ਼ੀਰਵਾਦ ਦਿੱਤਾ ਇਹਦੇ ਲਈ ਦਿਲੀ ਤੌਰ ਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਤੇ ਬਾਕੀ ਹੁਣ ਚੱਲੀਏ ਆਪਾਂ ਇੱਕ ਸਵਾਲ ਪੁੱਛ ਲਈਏ ਪੁੱਛ ਲਓ ਬਿਲਕੁਲ ਪੁਰਾਣੀਆਂ ਗੱਲਾਂ ਦੇ ਵਿੱਚੋਂ ਜੀ ਇਨੂੰ ਕਿਨੂੰ ਕਹਿੰਦੇ ਇਨੂੰ ਆਹਾ ਉਹ ਗਾਣਾ ਵੀ ਸੁਣਾ ਦਿਓ ਇੱਕ ਵਾਰੀ ਉਹ ਜਿਹੜਾ ਸੁਣਾਉਣੇ ਹੁੰਨੇ ਹੋ ਉਹਦੇ ਇਨੂੰ ਨੂੰ ਸਤਾਰੇ ਜਿਵੇਂ ਅੰਬਰਾ ਦੇ ਤਾਰੇ ਉਹਦੀ ਹਿੱਕ ਤੇ ਜ਼ੰਜੀਰੀ ਲੰਮਕੇ ਵੀ ਜਦੋਂ ਘੜਾ ਲਿਪਕੇ ਭਰੇ ਤੇ ਪਾਲੀ ਪਾਣੀ ਖੂਤੋਂ ਪਰੇ ਜੀ ਇਹ ਗਾਣਾ ਜਿਹੜਾ ਇਹ ਗੁਰਦੀਪ ਘੋਲੀਆ ਹੋਰਾਂ ਦਾ ਲਿਖਿਆ ਹੋਇਆ ਤੇ ਗੁਰਪਾਲ ਸਿੰਘ ਪਾਲ ਹੋਰਾਂ ਦਾ ਗਾਇਆ ਸੀਗਾ ਤੇ ਇਸ ਗਾਣੇ ਦੇ ਵਿੱਚ 20 ਇਨੂ ਸ਼ਬਦ ਆਉਂਦਾ ਤੇ ਇਨੂ ਕੀ ਹੁੰਦਾ ਇਹਦੇ ਬਾਬਤ ਤੁਸੀਂ ਜਾਣਕਾਰੀ ਦੇ ਦਿਓ ਬਿਲਕੁਲ ਸਹੀ ਤੇ ਬਾਕੀ ਸਾਨੂੰ ਤੁਹਾਡੀ ਪ੍ਰਤੀਕਿਰਿਆ ਦੀ ਜ਼ਰੂਰ ਉਡੀਕ ਰਹੇਗੀ ਤਾਂ ਫਿਲਹਾਲ ਦੇ ਲਈ ਸਾਨੂੰ ਦੋਵਾਂ ਨੂੰ ਇਜਾਜ਼ਤ ਦੁਬਾਰਾ ਫੇਰ ਮੁਲਾਕਾਤਾਂ ਹੋਣਗੀਆਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ